ਤੇ ਘਰ ਇਕੱਲਾ ਖਾਲੀ ਛੱਡ ਕੇ ਚਲੇ ਜਾਓ, ਘਰ 'ਚ ਕੋਈ ਸ਼ੈ ਨਾ ਪਈ ਹੋਵੇ, ਅੱਲਾ ਦੇ ਫਲਾ ਵਾਪਸ ਆਓਗੇ ਉਂਝ ਹੀ ਕੋਈ ਸ਼ੈ ਨਹੀਂ ਪਈ ਹੋਏਗੀ। ਤੂੰ 2:30 ਵਜੇ ਨਹੀਂ ਸੌਂਏਗਾ, ਤੂੰ 2:45 ਵਜੇ ਸੌਂਏਗਾ। ਤੂੰ 15 ਮਿੰਟ ਨਾਲ ਸਾਡੇ ਘਰ ਕੁੱਤਾ ਹੈ ਨੇ ਅੱਛਾ ਗੇਟ ਦੇ ਕੋਲ ਬਹਿ ਕੇ ਨਾ ਚੋਰਾਂ ਨੂੰ ਧੋਖਾ ਦੇਣਾ, ਪਿੱਛੇ ਬਹਿ ਕੇ ਹਲਕਾ ਨਾ ਕਰਨਾ, ਵਾਹ ਵਾਹ ਤਾਂ ਕਿ ਚੋਰਾਂ ਨੂੰ ਪਤਾ ਲੱਗੇ ਇਹਨਾਂ ਦੇ ਘਰ ਕੁੱਤਾ ਹੈ। ਨਹੀਂ ਲੱਤ ਨਹੀਂ ਵੱਢਣੀ, ਬਸ ਵੈਸੇ ਚਪੇੜਾ ਚਪੂੜਾ ਮਾਰ ਦੇਣਾ। ਭਾਈ ਥਾਣੇ ਫੋਨ ਕੀਤਾ ਜੀ, ਗੱਬੜ ਨੂੰ ਫੋਨ ਕਰ ਦਿੱਤਾ ਤੁਸੀਂ। ਉਹ ਗੱਬਰ ਆ ਜਿਹਨੇ ਤੁਹਾਡਾ ਟੱਬਰ ਵੀ ਚੱਕ ਲਿਆ ਨਾ। ਹਾਂ ਯਾਰ ਲੋਕਾਂ ਦੀ ਵੀ ਸਮਝ ਨਹੀਂ ਆਉਂਦੀ, ਰਾਤ ਨੂੰ 2:45 ਵਜੇ ਹੀ ਗੁੱਡ ਮਾਰਨਿੰਗ, ਬੰਦਾ ਸਵੇਰੇ ਉੱਠ ਕੇ ਗੁੱਡ ਮਾਰਨਿੰਗ ਕਹਿੰਦਾ, 2:45 ਵਜੇ ਰਾਤ ਨੂੰ ਕਿਹੜੀ ਗੁੱਡ ਮਾਰਨਿੰਗ। ਉੱਤੋਂ ਇੰਨੇ ਫੁੱਲ ਭੇਜ ਦਿੰਦੇ ਨੇ, ਇੰਨੇ ਦੁਕਾਨਾਂ 'ਤੇ ਪਏ ਨੇ ਜਿੰਨੇ ਵਟਸਐਪ 'ਚ ਆ ਜਾਂਦੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਂਜੀ ਅਬੀਰਾ, ਭਾਵੇਂ ਇਕੱਲੇ ਗੱਲਾਂ ਕਰੀ ਜਾਂਦੇ, ਭਾਬੀ ਕਿੱਥੇ ਆ? ਇੱਥੇ ਹੀ ਆ, ਆਪਣਾ ਹੁਣੇ ਰੋਟੀ ਪਕਾ ਰਹੀ ਸੀ ਅਤੇ ਥੋੜ੍ਹੀ ਦੇਰ ਜਾ ਕੇ ਅੰਦਰ ਬੈਠੀ, ਕਹਿੰਦੀ ਮੈਂ ਥੱਕ ਗਈ। ਮੈਂ ਵੇਖ ਰਹੀ ਵਟਸਐਪ ਦੇ ਉੱਤੇ ਨਾ ਲੋਕ ਇੰਨੇ ਫੁੱਲ ਭੇਜ ਦਿੰਦੇ ਨੇ ਕਿ ਜਿਵੇਂ ਨਾ ਇੰਨੇ ਦੁਕਾਨਾਂ 'ਤੇ ਨਹੀਂ ਪੈ ਜਾਂਦੇ, ਸਾਡੇ ਵਟਸਐਪ 'ਚ ਪੈ ਜਾਂਦੇ। ਹਾਂਜੀ, ਗੁੱਡ ਮਾਰਨਿੰਗ ਰਾਤ ਨੂੰ 2:45 ਵਜੇ। ਆਪਣਾ ਦੋਵਾਂ ਘਰਾਂ ਦਾ ਕੰਮ ਕਰੇ, ਨਾਲੇ ਮੈਨੂੰ ਇਹ ਵੀ ਪਤਾ ਨਾ ਕਿ ਅੱਜ ਕੱਲ੍ਹ ਹਾਲਾਤ ਜਿਸ ਤਰ੍ਹਾਂ ਦੇ ਹੈ ਨੇ ਨਾ, ਮੁਲਾਜ਼ਮਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ। ਮੈਂ ਕੋਈ ਇਸ ਤਰ੍ਹਾਂ ਦਾ ਮੁਲਾਜ਼ਮ ਲੱਭ ਰਿਹਾ ਕਿ ਜਿਹਦੇ 'ਚ ਨਾ ਸਾਨੂੰ ਮੁਫਤ ਲੱਭ ਜਾਏ ਕੋਈ। ਉਹ ਕਹਿੰਜ ਮੁਫਤ ਅੱਜ ਕੱਲ੍ਹ ਦੇ ਦੌਰ 'ਚ? ਹਾਂ ਉਹ ਕਹਿੰਜ, ਉਹ ਬੜੇ ਲੋਕ ਨੇ, ਬੰਦੇ ਨੂੰ ਸਿਰਫ ਉਹਨਾਂ ਟੈਲੈਂਟਡ ਹੋਣਾ ਚਾਹੀਦਾ, ਤੁਹਾਡੇ ਕੋਲ ਕੋਈ ਹੁਨਰ ਹੋਣਾ ਚਾਹੀਦਾ, ਅਤੇ ਤੁਸੀਂ ਇਸ ਮੁਲਕ 'ਚ ਸਵਾਹ ਵੀ ਵੇਚ ਸਕਦੇ ਹੋ। ਐਵੇਂ ਤੁਸੀਂ ਪੁੜੀਆਂ ਬਣਾ ਕੇ ਰੱਖਦੇ ਨਾ ਕਿ ਬਾਬਾ ਜੀ ਨੇ ਸਵਾਹ ਪੜ੍ਹੀ ਹੈ, ਇਹਦੇ ਨਾਲ ਪਿੱਤੇ ਦਾ ਦਰਦ ਠੀਕ ਹੋ ਜਾਂਦਾ, ਇੰਝ ਗਾਹਕ ਇਕੱਠੇ ਹੋਣਗੇ ਗ੍ਰਹਿ ਰੱਬ ਦਾ ਨਾਂ। ਨਾ ਭਾਵੇਂ ਨਾ ਉਹ ਦੌਰ ਹੋਰ ਸੀ ਹੈ ਨਾ, ਜਦੋਂ ਆਪਾਂ ਸਬਜ਼ੀ ਲੈਣ ਜਾਂਦੇ ਸੀ ਫ੍ਰੀ ਨਾਲ, ਆਪਾਂ ਧਨੀਆਂ ਲੈ ਲੈਣਾ, ਹਰੀਆਂ ਮਿਰਚਾਂ ਲੈ ਲੈਣੀਆਂ, ਹੈ ਨਾ। ਹੁਣ ਤਾਂ ਆਹ ਦੌਰ ਆ, ਸਬਜ਼ੀ ਵਾਲੇ ਨੂੰ ਕਹੋ ਨਾ ਔਂਤਰੇ ਨੂੰ ਥੋੜ੍ਹਾ ਧਨੀਆ ਦੇ ਦੇਵੇ ਅਤੇ ਉਹ ਪੈਸੇ ਮੰਗ ਲੈਂਦਾ। ਨਹੀਂ ਹੁਣ ਤਾਂ ਜਿੰਨੇ ਦੀ ਪਹਿਲੇ ਗੋਭੀ ਆਉਂਦੀ ਸੀ ਉਹਨੇ ਤਾਂ ਧਨੀਆ ਆਉਣ ਲੱਗ ਪਿਆ। ਹੋਰ ਕੀ, ਫਿਰ ਆਹ ਕਿੰਝ ਫ੍ਰੀ ਆਏਗਾ ਨੌਕਰ? ਇਹ ਦਿਮਾਗ, ਦੁਨੀਆਂ ਦੇ ਉੱਤੇ ਮੇਰੀ ਗੱਲ ਸੁਣੋ ਵੀਰਾ, ਕਦੀ ਵੀ ਤੁਸੀਂ ਬਹੁਤੀ ਮਿਹਨਤ ਕਰਕੇ ਪੈਸਾ ਨਹੀਂ ਕਮਾ ਸਕਦੇ, ਆਪਣਾ ਦਿਮਾਗ ਲੜਾ ਕੇ ਪੈਸਾ ਕਮਾ ਸਕਦੇ ਹੋ। ਮਜ਼ਦੂਰ ਕਿੰਨੀ ਦੇ ਸਾਰੀ ਦਿਹਾੜੀ ਕੰਮ ਕਰਦਾ, ਇੱਟਾਂ ਚੁੱਕ ਕੇ ਬਿਲਡਿੰਗ 'ਤੇ ਜਾ ਰਿਹਾ, ਥੱਲੇ ਆ ਰਿਹਾ, ਅਤੇ ਸ਼ਾਮ ਨੂੰ ਵਿਚਾਰਿਆਂ ਨੂੰ ਕਿੰਨੇ ਪੈਸੇ ਮਿਲਦੇ ਨੇ? ਇਹੀ ਕੋਈ 2000 ਦਿਹਾੜੀ ਮਿਲਦੀ ਹੋਣੀ ਆ। ਦੁਨੀਆਂ ਦੇ ਕਿੰਨੇ ਐਸੇ ਬੰਦੇ ਨੇ ਜਿਹੜੇ ਗੱਲ ਸੁਣਾ ਕੇ ਇੰਝ ਪੈਸੇ ਲੈ ਜਾਂਦੇ ਨੇ? ਹਾਂ ਆਹ ਤਾਂ ਹੈ। ਸਿਆਣੇ ਕਹਿੰਦੇ ਨੇ ਕਿ ਅੱਲਾ ਨੇ ਹਰ ਬੰਦੇ ਦੇ ਹਿੱਸੇ ਦੇ ਬੇਵਕੂਫ ਪੈਦਾ ਕੀਤੇ ਹੁੰਦੇ ਨੇ ਜਿਨ੍ਹਾਂ ਦੇ ਜ਼ਰੀਏ ਉਹਦਾ ਰਿਸਕ ਚੱਲਦਾ। ਹਾਂਜੀ, ਮੈਂ ਇੱਕ ਮੁਲਾਜ਼ਮ ਬੁਲਾਇਆ, ਅੱਛਾ ਤੂੰ ਸਿਰ ਮੇਰੀ ਹਾਂ ਚਾਂ ਮਲਾਈ ਜਾਣੀ, ਠੀਕ ਹੋ, ਇਨਸ਼ਾਅੱਲਾ ਸਾਡੇ ਦੋਵਾਂ ਘਰਾਂ ਦੇ ਕੰਮ ਵੀ ਹੋਣਗੇ, ਸਾਨੂੰ ਪੈਸੇ ਵੀ ਲੱਭਣਗੇ। ਪੱਕੀ ਗੱਲ, ਹਾਂ ਨਹੀਂ ਲੱਭਣਗੇ ਮੈਨੂੰ ਪੜ੍ਹ ਲੈ ਤੂੰ। ਆ ਤੇ ਫਿਰ ਬਹੁਤ ਵਧੀਆ ਹੋ ਗਿਆ ਨਾ, ਦੋਨੇ ਘਰਾਂ ਦੇ ਕੰਮ ਹੋ ਜਾਣਗੇ ਤੇ ਪੈਸੇ ਵੀ ਆਣਗੇ। ਹਾਂ ਕਿਉਂ ਨਹੀਂ ਕਿਉਂ ਨਹੀਂ, ਤੂੰ ਮੈਂ ਵਿਕਾਸ ਨੂੰ ਕਹਿਤਾ ਆ ਗੇਟ ਦੇ ਖਲੋਤਾ ਮੁਲਾਜ਼ਮ, ਮੈਂ ਕਿਹਾ ਹੈਗਾ ਸਿੱਧਾ ਅੰਦਰ ਭੇਜ ਦੇ। ਅੱਛਾ ਅੱਛਾ, ਹਲਾ ਕਿੰਨੀ ਉਮਰ, ਵੱਜ ਗਈ ਬੈਲ, ਕਹਿੰਦੇ ਨੇ ਥਿੰਕ ਦਾ ਡੈਵਲ ਐਂਡ ਡੈਵਲ ਇਜ਼ ਦੇਅਰ। ਹਾਂ ਆ ਤੇ ਸਹੀ ਆ। ਆ ਗਿਆ ਵਿਕਾਸ, ਭਾਵੇਂ ਨਾ ਤਵਾਕੀ ਡੈਵਲ ਹੀ ਲੱਗਣ ਦਿਆ ਵਾ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਭਾਵੇਂ ਨੌਕਰੀ ਦੀ ਤਲਾਸ਼ 'ਚ ਸੀ, ਮੈਨੂੰ ਪਤਾ ਲੱਗਿਆ ਤੁਹਾਨੂੰ ਮੁਲਾਜ਼ਮ ਚਾਹੀਦਾ ਹੈਗਾ। ਹਾਂ ਮੁਲਾਜ਼ਮ ਤਾਂ ਚਾਹੀਦਾ। ਲੈ ਲੈ ਬਹਿ ਜਾ, ਬੈਠ ਜਾ, ਇੱਥੇ ਰੱਖ ਲੈ। ਹਾਂ ਸ਼ਾਬਾਸ਼, ਬੰਦਾ ਮਿਹਨਤੀ ਲੱਗਦਾ ਤੂੰ। ਬਸ ਭਾਵੇਂ ਮਿਹਰਬਾਨੀ ਤੁਹਾਡੀ। ਮਿਹਰਬਾਨੀ ਕਾਹਦੀ ਯਾਰ, ਗੱਲ ਪਤਾ ਕੀ ਹੈ ਜੀ ਜੀ, ਮੁਲਾਜ਼ਮਤ ਅਸੀਂ ਤੈਨੂੰ ਦੇ ਤਾਂ ਦਈਏ, ਲੇਕਿਨ ਪਹਿਲੇ ਬੜੇ ਮੁਲਾਜ਼ਮ ਨੇ, ਹੁਣ ਕਿਹਨੂੰ ਕੱਢਾਂਗਾ ਮੈਂ? ਕਿਰੇ ਭਾਈ ਤੁਹਾਡੀ ਮਿਹਰਬਾਨੀ, ਮੈਨੂੰ ਨੌਕਰੀ ਦੇ ਦਿਓ, ਮੈਂ ਬੜਾ ਕੱਢਣਾ ਪੈਣਾ, ਕੱਢਣਾ ਪੈਣਾ ਕਿਸੇ ਨੂੰ, ਕਿਹਨੂੰ ਕੱਢਾਂਗਾ ਮੈਂ? ਇੰਨੇ ਮੁਲਾਜ਼ਮ ਨੇ, ਜਿਹਨੂੰ ਕੱਢਾਂਗਾ ਅਗਲਾ ਬਦਦੁਆ ਦੇਗਾ। ਭਾਈ ਕਿਰਾਏ ਦਾ ਮਕਾਨ ਆ, ਗਰੀਬ ਆਦਮੀ, ਤੁਹਾਡੀ ਮਿਹਰਬਾਨੀ ਨੌਕਰੀ ਦੇ ਦਿਓ ਕੋਈ। ਕੀ ਕੰਮ ਕਰ ਲੈਣਾ? ਭਾਈ ਜਿਹੜਾ ਕੰਮ ਕਹਿਣਾ ਨਾ ਤੁਸੀਂ, ਉਹ ਮੈਂ ਕਰ ਲਵਾਂਗਾ। ਮੈਂ ਇਲੈਕਟ੍ਰੀਸ਼ਨ ਦਾ ਕੰਮ ਵੀ ਜਾਣਦਾ ਭਾਈ। ਅੱਛਾ, ਗੱਡੀ ਵੀ ਡਰਾਈਵ ਕਰ ਦਿੰਦਾ ਭਾਈ, ਮੈਂ ਰਕਸ਼ਾ ਚਲਾ ਲੈਣਾ, ਰਕਸ਼ਾ ਵੀ ਚਲਾ ਲੈਣਾ, ਹਾਂਡੀ ਪਕਾ ਲੈਣਾ, ਹਾਂਡੀ ਕੁਕਿੰਗ ਜਿਹੜੇ ਖਾਣੇ ਤੁਹਾਨੂੰ ਮੈਂ ਖਵਾਉਣੇ ਨਾ, ਬਣਾ ਬਣਾ ਕੇ, ਕਿਸੇ ਤੁਹਾਡੇ ਕੋਲ ਕੋਈ ਸ਼ੈਫ ਇੰਜ ਦਾ ਨਹੀਂ ਆਇਆ ਹੋਏਗਾ। ਆਪਣੇ ਕਿਹੜੇ ਕਿਹੜੇ ਕੰਮ ਉੱਪਰ? ਕੱਪੜੇ ਭਾਂਡੇ ਧੋ ਲੈਂਦੇ ਹੋ? ਹਾਂਜੀ ਹਾਂਜੀ ਭਾਈ, ਮੈਂ ਧੋ ਲੈਣਾ ਬਾਜੀ ਕੱਪੜੇ ਭਾਂਡੇ। ਅੱਛਾ, ਹਾਂਜੀ ਮੈਂ ਕੱਪੜੇ ਧੋਵਾਂਗਾ, ਤੁਹਾਨੂੰ ਉਹਦੇ ਵਿੱਚੋਂ ਮੂੰਹ ਨਜ਼ਰ ਆਏਗਾ ਕੱਪੜਿਆਂ 'ਚ। ਹਾਂਜੀ ਅੱਲਾ ਦੀ ਰਹਿਮਤ ਨਾਲ। ਕੈਸਾ ਕਾਰੀਗਰ ਹੈ? ਮੈਂ ਭਾਂਡੇ ਧੋਵਾਂਗਾ ਤੇ ਬਾਜੀ ਤੁਹਾਨੂੰ ਲੱਗੇਗਾ ਵੀ ਮਾਇਆ ਲੱਗੀ ਹੋਈ ਹੈ। ਅੱਛਾ, ਪਤਾ ਕੰਮ ਤੂੰ ਸਹੀ ਕਰ ਰਿਹਾ ਜੀ ਜੀ, ਕਰ ਤੂੰ ਪੁੱਠਾ ਰਿਹਾ, ਇਹ ਦੋਵਾਂ ਗੱਲਾਂ ਨੂੰ ਬਦਲ ਲੈ। ਅੱਛਾ, ਭਾਂਡਿਆਂ ਵਾਲੀ ਗੱਲ ਹੈ ਕੱਪੜਿਆਂ ਦੇ ਲਾ ਦੇ, ਕੱਪੜਿਆਂ ਵਾਲੀ ਗੱਲ ਭਾਂਡਿਆਂ ਦੇ ਲਾ ਦੇ। ਕਹਿਣਾ ਇਸ ਤਰ੍ਹਾਂ ਪਤਾ ਨਹੀਂ ਲੱਗਾ, ਗਰੀਬ ਆਦਮੀ ਹੈ ਬਸ। ਨਹੀਂ ਨਹੀਂ ਮਜ਼ਾਕ ਕਰਨਾ ਚਾਹੀਦਾ, ਪਰੇਸ਼ਾਨੀ ਇੰਨੀ ਘਰ ਦੇ ਵਿੱਚ, ਬੱਚੇ ਹੀ ਨਿਗੇ ਨਿਗੇ।
पागल हो गया मेहरबानी भाई तेन मजाक मजाक से तेरी दिहाड़ी लंघ जा करनी है अच्छा तेन पता भी नहीं लगना कितने पैसे तू जिन्नी तौर से सोच के आया भाई इनको 20-25 हज़ार रुपया हो जाए मेरे घर का सोना मैनेज होएगा अगे हो थोड़ा जा होता जा ना 20-25 हज़ार मैं तेरा 30 हज़ार सोचा बिस्मिल्लाह भाई ने तुसी ते क्या सी सानू कमा के लिया के देगा सबर ते कर ला मैं लगा हुआ देगा 30 हज़ार रुपया तेन देंगे महीने का शुक्रिया भाई ते उस तो बाद खाना पीना जेड़ा ना तेरा वो भी साढ़े कोल ही अच्छा जी मेहरबानी भाई मेहरबानी चाह भी साढ़े कोल ही चाह भी सारा कुछ शुक्र है अल्लाह तेरा लग शुक्र है सोन आसे तेनू मंजी भी असी देनी मेहरबानी भाई नहीं मेहरबानी कर दे कोई ना कोई तेरा हक है तू काम करना भाई यकीन करो घर च इतनी परेशानी है मैनू बस तुहाडी मेहरबानी भाई तू मैनू जॉब अच्छा आ मेरी भैन आ ठीक है उपर रही है उपर वाले पोर्शन ठीक है यह साडा घर एक ही समझ तू अच्छा जी ठीक है ना हाँ जी उत्ते थले वाले काम तो दोवे तू ही करने है अच्छा जी उत्ते तो नहीं ठीक है भाजी बिस्मिल्लाह करांगा भाई नहीं केड़ी गल ते तू मौजा मान अपनी जिंदगी में मेहरबानी शुक्रिया भाई ने यकीन करो हां बच्चियां दा बना कुछ शेर तो बच्चे दा दूध लेण तो बैठे सी भाई ने तुसी मैनू दित्ता मैनू इतना सुकून होया तुसी मैनू नौकरी लिया करते तुसी अच्छा मैं तो मेरी एक छोटी जी शर्त जी जी शर्त है मेरी के नौकरी जी असं तुम देती असी सैन अंगूठे कराने बिस्मिल्लाह कोई रौला ही नहीं भाजी थाने से कापी जमा करानी है बिस्मिल्लाह कराओ आगे कल कला कोई मसला बने ना नहीं नहीं मसला ना बने हाँ मसला ना बने नहीं भाजी मसला ही कोई नहीं सी तो वफादारी थानू कोई भी इंज दा वफादार बंदा नहीं लभेगा मैं जान दे देंगा वफादारी दे विच पूरे खानदान च भाए ने मेरा हाथ चुक के कहणगे वफादार नौकर आ साडा हाँ अच्छा किन्नी देर दी नौकरी सोची तू किन्नी देर लगा रहेगा सारी जिंदगी भाए जो तुम मेरे करन रहे हो ना मैं सारी जिंदगी नहीं तो मेरे सारे मुकड़े ने मैं जाना आपा एग्रीमेंट 2 साल ना करने पहले हां 2 साल तू शुरू करने बाकी चीजें बाद दे ठीक है हां जी 2 साल ना तेरा मेरा एग्रीमेंट हो जाएगा साडा जी जी ठीक है हां जी ते ओदे च होएगा कि अगले साल तेरी असि ना 35 हज़ार कर देंगे तनखा ओए बिच मैं कहंदी 5 साल दा कर लिया एग्रीमेंट 5 साल दा कर लिया 2-4 मैं भी सोने दी शैवा बना लांगी ना 5 साल दा करना है सारी जिंदगी ਤੁਹਾਡੇ ਕੋਲ ਹੈ ਮੁਰਸ਼ਦ ਕੁੜੀ ਨੇ ਕਦੀ ਇਹੋ ਜੀ ਗੱਲ ਨਹੀਂ ਕੀਤੀ ਉਹਨੇ ਪਹਿਲੀ ਵਾਰ ਗਿਆ ਇਹਨੂੰ ਕੋਈ ਮੁਲਾਜ਼ਮ ਛੇਤੀ ਪਸੰਦ ਨਹੀਂ ਆਉਂਦਾ ਬਾਜੀ ਤੁਹਾਡੀ ਮਿਹਰਬਾਨੀ ਇਹ ਉੱਠਦੇ ਆ ਨਾ ਗੁੱਸਾ ਚੜ ਜਾਂਦਾ ਹੁੰਦਾ ਉਹਨੂੰ ਐਵੇਂ ਚੰਡ ਮਾਰ ਦਿੰਦੀ ਮੈਨੂੰ ਖੈਰ ਚੰਡ ਤਾਂ ਕੋਈ ਨਹੀਂ ਭੈਣਾ ਵਰਗੀ ਸਾਡੀ ਮਾਵਾ ਪਿਆਵਾ ਸਾਡੀ ਉੱਤੇ ਬਹਿ ਜਾ ਉੱਤੇ ਬਹਿ ਜਾ ਨਹੀਂ ਕਦੀ ਕਦੀ ਘੋਟਣਾ ਵੀ ਚੱਕ ਮੈਂ ਨੱਕ ਤੇ ਮਾਰ ਦਿੰਦੀ ਮੈਂ ਐਸੀ ਗਲਤੀ ਕਰਨੀ ਹੀ ਨਹੀਂ ਤੁਸੀਂ ਮੈਨੂੰ ਕਹਿਣਾ ਨਾਲੇ ਤੈਨੂੰ ਮਾਰਨ ਦੀ ਲੋੜ ਹੀ ਤੇਰੇ ਆਲਰੇਡੀ ਵਜਾ ਹੋਇਆ ਹਾਂਜੀ ਅੱਛਾ ਹਾਂਡੀ ਹੁੰਡੀ ਪਕਾ ਲੈਂਦੇ ਆ ਤੁਸੀਂ ਬਾਜੀ ਤੁਸੀਂ ਕਹਿਣਾ ਵਾ ਵੀ ਅਮਦਾਦ ਆ ਬਣਾ ਮੈਂ ਬਾਜੀ ਤੁਹਾਨੂੰ ਖਾਣਾ ਇਸ ਕਿਸਮ ਦਾ ਮਿਲੇਗਾ ਤੁਹਾਨੂੰ ਮਜ਼ਾ ਆਏਗਾ ਮੇਰੇ ਖਾਣੇ ਬਣਾਉਣ ਦਾ ਬਾਜੀ ਅੱਛਾ ਕਿਹੜੀ ਕਿਹੜੀ ਸ਼ੈ ਬਣਾ ਲੈਂਦੇ ਆ ਬਾਜੀ ਪਾਕਿਸਤਾਨੀ ਖਾਣੇ ਅੱਛਾ ਚਾਈਨੀਜ਼ ਖਾਣੇ ਅੱਛਾ ਬਰਗਰ ਸ਼ਵਾਰਮਾ ਪੀਜ਼ਾ ਇਹ ਤੁਹਾਨੂੰ ਬਾਹਰੋਂ ਨਹੀਂ ਲਿਆਉਣੇ ਪੈਣੇ ਬਾਜੀ ਘਰ ਹੀ ਮੈਂ ਸਾਰਾ ਕੁਝ ਬਣਾ ਲੈਣਾ ਮਾਸ਼ਾਅੱਲਾ ਏਡਾ ਹੀਰੇ ਵਰਗਾ ਘਰ ਚੋਬਣ ਚੋ ਬਣਾ ਕੇ ਸ਼ੈ ਹੈਗੀ ਮੈਂ ਤੁਹਾਨੂੰ ਘਰੇ ਹਰ ਸ਼ੈ ਰੈਡੀ ਕਰਕੇ ਤੇਰੇ ਇਸ ਘਰ 'ਚ ਤੂੰ ਹਰ ਸ਼ੈ ਬਣਾਣੀ ਹੈ ਜੀ ਜੀ ਤੇ ਨਹੀਂ ਬਣਾਉਣਾ ਤੇ ਮੂੰਹ ਨਹੀਂ ਬਣਾਉਣਾ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਤਨਖਾਹ ਤੇਰੀ ਅਗਲੇ ਸਾਲ ਵੱਧ ਜਾਏਗੀ ਹਰ ਸਾਲ ਤੇਰੀ 5 ਹਜ਼ਾਰ ਵੱਧ ਜਾਏਗੀ ਹੁਣ ਤੂੰ ਆਪ ਸੋਚ ਲੈ ਕਿੰਨੇ ਸਾਲ ਕੰਮ ਕਰਨਾ ਹਾਂ ਮੈਂ ਸਾਰੀ ਜ਼ਿੰਦਗੀ ਇੱਥੇ ਜਨਾਬ ਮੈਂ ਜਾਣਾ ਹੀ ਨਹੀਂ ਕਿਤੇ ਤੇ ਜੇ ਤੂੰ ਛੱਡ ਕੇ ਜਾਵੇਂ ਨੌਕਰੀ ਹਾਂਜੀ ਠੀਕ ਹੈ 5 ਲੱਖ ਰੁਪਏ ਤੈਨੂੰ ਜੁਰਮਾਨਾ ਦੇਣਾ ਬਿਸਮਿਲ੍ਲਾ ਜੁਰਮ 8 ਲੱਖ ਕਰੋ ਭਾਏ ਨੂੰ ਮੈਂ ਥਾਣੇ 'ਚ ਰਖਵਾ ਦੇਣਾ ਜੇ ਤੁਸੀਂ 8 ਲੱਖ ਲਿਖੋ ਨਹੀਂ ਨਹੀਂ ਕੋਈ ਨਹੀਂ ਮੈਂ ਆਪਣਾ ਫੋਨ ਲਾਇਆ ਰਿਕਾਰਡਿੰਗ ਤੇ ਤੇਰੀਆਂ ਗੱਲਾਂ ਰਿਕਾਰਡ ਹੋ ਰਹੀਆਂ ਅੱਛਾ ਅੱਛਾ ਕੋਈ ਗੱਲ ਨਹੀਂ ਭਾਏ ਨੂੰ ਤੁਹਾਡੀ ਮਿਹਰਬਾਨੀ ਨਹੀਂ ਨਹੀਂ ਮਿਹਰਬਾਨੀ ਕਾਦੀ ਉਹ ਤਾਂ ਦੇਖੋ ਲੈਣਾ ਦੇਣਾ ਜਿਹੜਾ ਹੁੰਦਾ ਨਾ ਜੀ ਬੰਦੇ ਨੂੰ ਪਹਿਲੇ ਤੈਅ ਕਰ ਲੈਣੇ ਫਿਰ ਅੱਗੇ ਜਾ ਕੇ ਬੰਦਾ ਤੰਗ ਹੁੰਦਾ ਨਹੀਂ ਨਹੀਂ ਮੈਨੂੰ ਤੁਹਾਡੇ ਸਕੂਲ ਅੱਛੇ ਲੱਗ ਰਹੇ ਹਾਂ ਤੇ ਮਾਸ਼ਾਅੱਲਾ ਤੁਸੀਂ ਮੁਲਾਜ਼ਮਾਂ ਨਾਲ ਪਿਆਰ ਕਰਨ ਵਾਲੇ ਬਾਜੀ ਹੁਣ ਕੰਮ ਸਮਝ ਲੈ ਮੇਰਾ ਪੁੱਤ ਜੀ ਜੀ ਬਿਸਮਿਲ੍ਲਾ ਕੰਮ ਦੱਸੋ ਕੰਮ ਇਸ ਤਰ੍ਹਾਂ ਕਿ ਤੂੰ ਸਵੇਰੇ ਨਾ 3:30 ਵਜੇ ਉੱਠਣਾ ਅੱਛਾ ਅਜ਼ਾਨਾਂ ਤੋਂ ਪਹਿਲੇ ਅਜ਼ਾਨਾਂ ਤੋਂ ਪਹਿਲੇ ਤੁਹਾਨੂੰ ਉਠਾਉਣਾ ਹੀ ਨਹੀਂ ਪੈਣਾ ਭਾਈ ਨੂੰ ਮੈਂ ਪਹਿਲੇ ਉੱਠ ਕੇ ਖਲੋਤੇ ਹਾਂ ਹਾਂ ਉੱਠ ਕੇ ਤੂੰ ਨਮਾਜ਼ ਪੜ੍ਹਨੀ ਹੈ ਹਾਂਜੀ ਅੱਲਾ ਤੋਬਾ ਕਰਨੀ ਹੈ ਜੀ ਜੀ ਉਸ ਤੋਂ ਬਾਅਦ ਤੂੰ ਘਰ ਧੋਣਾ ਸ਼ੁਰੂ ਕਰ ਦੇਣਾ ਜੀ ਬਿਸਮਿਲ੍ਲਾ ਫਰੈਸ਼ ਕਰ ਦੇਣਾ ਫਰੈਸ਼ ਕਰ ਦੇਣਾ ਤਾਂ ਕਿ ਫੌਰਨ ਨਮਾਜ਼ ਤੋਂ ਬਾਅਦ ਨਾ ਸਫਾਈ ਹੋ ਜਾਏ ਸਫਾਈ ਤੇ ਖੁਦਾਈ ਹਾਂਜੀ ਹਾਂਜੀ ਸਰਫ ਪਾਵਾਂਗਾ ਅੱਛੇ ਤਰੀਕੇ ਨਾਲ ਤੱਪੜੀਆਂ ਪਾਣੀ ਧਾਣੀ ਮਾਰ ਕੇ ਸਾਫ਼ ਕਰ ਦੇ ਉਸ ਤੋਂ ਬਾਅਦ ਤੂੰ ਚੁੱਪ ਕਰਕੇ ਹੱਥ ਧੋਣੇ ਨੇ 2-3 ਵਾਰੀ ਸਾਬਣ ਨਾਲ ਆਜ ਚੁੱਪ ਕੇ ਠੀਕ ਹੈ ਠੀਕ ਹੈ ਆਪਣੇ ਹੱਥ ਹੋ ਕੇ ਉਸ ਵਾਰ ਤੂੰ ਚਲਾ ਜਾਣਾ ਕਿਚਨ 'ਚ ਜੀ ਜੀ ਤੂੰ ਜਿਵੇਂ ਜਿਵੇਂ ਜਿਹੜਾ ਜਿਹੜਾ ਨਾਸ਼ਤਾ ਕਰਨਾ ਨਾ ਹਾਂਜੀ ਹਾਂਜੀ ਪਹਿਲੇ ਉੱਪਰ ਵਾਲੇ ਕਿਚਨ 'ਚ ਬਣਾ ਦੇਣਾ ਅੱਛਾ ਪਹਿਲੇ ਉੱਪਰ ਬਾਜੀ ਨਾਲ ਵੀਰਾ ਦੇ ਹਾਂ ਬਾਜੀ ਨਾਲ ਨਾਸ਼ਤਾ ਅਸੀਂ ਜਲਦੀ ਉੱਠ ਜਾਂਦੇ ਆ ਨਾ ਮੈਨੂੰ ਤੁਸੀਂ ਦੱਸਣਾ ਵਾ ਵੀ ਭਾਈ ਅਸੀਂ ਆਹ ਆਹ ਖਾਣੇ ਮੈਂ ਤੁਹਾਨੂੰ ਬਣਾ ਦੇਣਾ ਮਤਲਬ ਉਹ ਅਗਰ ਕਹਿੰਦੇ ਨੇ ਸਾਨੂੰ ਆਮਲੇਟ ਚਾਹੀਦਾ ਸਾਨੂੰ ਮਤਲਬ ਆਪਣਾ ਗੱਲ ਹੀ ਕੋਈ ਨਹੀਂ ਬਾਇਲ ਐਗ ਚਾਹੀਦੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਨਾਸ਼ਤਾ ਚਾਹੀਦਾ ਜੀ ਜੀ ਕੰਟੀਨੈਂਟਲ ਉਹ ਘਰ ਬਣਾ ਦੇਣਾ ਜੇ ਨਾਨ ਚਨੇ ਬਾਹਰੋਂ ਲਿਆ ਦੇਣੇ ਠੀਕ ਨਾ ਉਹ ਵੀ ਮੈਂ ਘਰ ਬਣਾ ਲੈਣੇ ਭਾਈ ਹੋਰ ਕੀ ਚਾਹੀਦਾ
ਨਾਲ ਇੱਕ ਛੋਟਾ ਜਿਹਾ ਤੰਦੂਰ ਮੰਗਾ ਦਿਓ ਤੁਸੀਂ, ਜੇ 6 ਨਾਨਾਂ ਵਾਲਾ ਤੰਦੂਰ ਹੁੰਦਾ ਇੱਕ ਛੋਟਾ ਜਿਹਾ ਮਿਲ ਜਾਂਦਾ 25,000 ਰੁਪਏ ਦਾ। ਉਹ ਇੱਧਰ 3 ਮਹੀਨੇ ਕੰਮ ਕਰ ਲੈਣਾ, ਮੈਂ ਤੈਨੂੰ ਬਾਹਰ ਲਵਾ ਹੀ ਦੇਣੇ ਆ। ਇੱਕ ਕੰਮ ਕਰਨਾ ਵਾ, ਸਵੇਰ ਸਵੇਰ ਜਦੋਂ ਨਾਸ਼ਤਾ ਬਣਾਉਣਾ ਨਾ, ਹਾਂਜੀ ਹਾਂਜੀ, ਆ ਮੋਟਾ ਟੱਕ ਕੇ ਆਣਾ ਵਾ। ਆਹੋ ਨਜ਼ਰ ਲੱਗ ਜਾਂਦੀ ਪੁੱਤਰ ਇਸ ਤਰ੍ਹਾਂ, ਅਗਲੇ ਕਹਿਣਗੇ ਇੰਨੇ ਕੰਮ ਕਰਨ ਵਾਲਾ ਐ ਸ਼ਹਿਜ਼ਾਦਾ ਬੱਬਰ ਸ਼ੇਰ। ਮੈਂ ਕਿਹਾ ਬਦਲ ਨਹੀਂ ਨਹੀਂ, ਮੈਂ ਤੇ ਕਵਰ ਕੀਤਾ ਭੈਣ ਆਪਣਾ। ਨਹੀਂ ਬਾਜੀ ਤੁਸੀਂ ਬਿਲਕੁਲ ਮੈਂ ਟੈਨਸ਼ਨ ਲਓ ਬਾਜੀ, ਮੈਂ ਇੰਜ ਸਾਈਡ ਤੇ ਪਹਿਲੇ ਨਾਸ਼ਤਾ ਰੱਖ ਕੇ ਤੇ ਚੱਲ ਜਾ ਕਰਨਾ ਵਾ। ਹਾਂ ਬਾਜੀ ਤੁਹਾਨੂੰ ਫੋਨ ਤੇ ਕਿਹਾ ਕਰਨਾ ਆਪੀ ਤੁਹਾਡਾ ਨਾਸ਼ਤਾ ਰੱਖ, ਨਾਸ਼ਤਾ ਬਣਾਇਆ ਸਾਰਾ, ਨਾਸ਼ਤਾ ਕਰ ਲਿਆ, ਚੁੱਪ ਕਰਕੇ ਤੂੰ ਬਾਹਰ ਨਿਕਲਣਾ, 5-7 ਮਿੰਟ ਤੇਰੇ ਕੋਲ ਹੋਣੇ ਨੇ, ਤੂੰ ਰਕਸ਼ਾ ਦੇ ਟਾਕੀ ਮਾਰ ਕੇ ਰਕਸ਼ਾ ਚਮਕਾ ਲੈ। ਮੈਂ ਕਹਿੰਦਾ ਭਾਜੀ ਨੂੰ ਤੁਹਾਨੂੰ ਲੱਗੇਗਾ ਵੀ ਨਹੀਂ ਪੁਰਾਣਾ ਵਾ। ਰਕਸ਼ਾ ਲੈ ਕੇ ਆਪਣਾ ਫੋਨ ਕਰ ਲੈ ਤੇਰਾ, ਹਾਂ ਜਮੀਲਾ ਨੂੰ, ਸਹੀ ਹੈ ਸਹੀ ਬਾਜੀ, ਜਮੀਲਾ ਨੂੰ, ਬੇਬੀ ਨੂੰ ਤੇ ਫਰਾਨਾ ਨੂੰ ਨਾ। ਹਾਂ ਬਾਜੀ ਜਮੀਲਾ, ਤੁਹਾਨੂੰ ਮੈਂ ਕਿਹਾ ਸੀ ਨਾ ਆਪਾਂ ਇੰਨੇ ਕੰਮ ਕਰਤਾ, ਹਾਂ ਲੱਭ ਗਏ, ਟੈਨਸ਼ਨ ਨਾ ਲਵੋ, ਤੁਸੀਂ ਬਾਕੀਆਂ ਬਾਜੀਆਂ ਨੂੰ ਫੋਨ ਕਰ ਦਿਓ ਫਟਾਫਟ, ਹੈ ਉਹਨਾਂ ਨੂੰ ਕਹੋ ਟੈਨਸ਼ਨ ਨਾ ਲਈਓ, ਸਾਨੂੰ ਕੰਮ ਦਾ ਬੰਦਾ ਲੱਭ ਗਿਆ। ਫੀ ਕਰ ਦੋਗਾ 25,000 ਰੁਪਏ ਲੈਣਾ, ਫੀ ਕਰ। ਹਾਂ 25,000 ਫੀ ਕਰ ਲੈਣਾ ਵਾ, ਇਹ ਪੱਕਾ ਦੱਸ ਦੇਣਾ, ਘੱਟ ਤਿੰਨ ਘਰ, ਤਿੰਨ ਘਰ ਆ ਤੇ ਤਿੰਨਾਂ ਦੇ ਦੋ ਦੋ ਬੱਚੇ ਨੇ ਤੇ 75,000 ਰੁਪਇਆ ਬਣਨਾ। ਹਾਂਜੀ ਤਿੰਨ ਘਰਾਂ ਦਾ 75 ਬਣਦਾ ਨਾ, ਇਹ ਦੱਸ ਦੇਣਾ ਬਾਕੀਆਂ ਨੂੰ ਵੀ। ਅੱਛਾ ਕੰਮ ਪੱਕਾ, ਇਸ ਨੂੰ ਟੈਨਸ਼ਨ ਨਾ ਲਵੋ, ਚਲੋ ਠੀਕ। ਨਹੀਂ ਨਹੀਂ ਕੋਈ ਲੋੜ ਨਹੀਂ, ਉਹਨਾਂ ਕਹਾ ਹੁਣ ਸਾਡਾ ਬੰਦਾ ਛੱਡ ਕੇ ਆਏਗਾ ਸਕੂਲ। ਹਾਂਜੀ ਸਾਡਾ ਬੰਦਾ ਹੀ ਜਾਏਗਾ, ਬੰਦਾ ਚੰਗਾ ਵਾ। ਹਾਂਜੀ ਇਤਮਾਦ ਵਾਲਾ ਹੀ ਆ, ਹਾਂ ਛੱਡ ਕੇ ਆਏਗਾ ਰੋਜ਼। ਇਹਨਾਂ ਨੂੰ ਵੀ ਕਹਿ ਦੇ ਕਿ 75,000 ਰੁਪਏ ਨਾ ਸਾਨੂੰ ਤੁਸੀਂ ਨਾ ਪਹਿਲੀ ਦੀ ਪਹਿਲੀ ਬੈਂਕ 'ਚ ਦੇਣਾ, ਸਾਨੂੰ ਕੈਸ਼ ਪੈਸੇ ਨਾ ਭੇਜਣਾ। ਹਾਂ ਬਾਜੀ ਨਾਲੇ ਨਾ ਬੈਂਕ 'ਚ ਪੈਸੇ ਦੇਣੇ ਆ ਤੁਸੀਂ, ਪਹਿਲੀ ਦੀ ਪਹਿਲੀ, ਇੱਕ ਦਿਨ ਵੀ ਦੇਣਾ ਹੋਵੇ। ਹਾਂ ਠੀਕ ਹੋ ਗਿਆ ਵਾ, ਠੀਕ ਆ ਨਾ ਭੈਣ? ਠੀਕ ਆ ਠੀਕ ਆ ਠੀਕ, ਚਲੋ ਠੀਕ ਆ, ਅੱਲਾ ਹਾਫਿਜ਼। ਇਹ ਤੂੰ ਬੱਚੇ ਸਕੂਲ ਛੱਡ ਕੇ ਆਣੇ ਉਹਨਾਂ ਦੇ ਵੀ ਭੈਣ? ਹਾਂ ਉਹ ਬੱਚੇ ਫੋਨ ਕਰਨ ਦੇ। ਹਾਂਜੀ ਮੈਂ ਛੱਡਣ ਜਾਣੇ? ਹਾਂ ਸਹੀ ਆ, ਛੱਡਣੇ ਭੈਣ, ਮੈਂ ਤਾਂ ਪਤਾ ਨਹੀਂ ਲੱਗਣ ਦੇਣਾ। ਹਾਂ ਉਸ ਤੋਂ ਬਾਅਦ ਬੱਚੇ ਸਕੂਲੋਂ ਛੱਡ ਕੇ ਆਣੇ ਨੇ, ਹਾਂਜੀ ਆਪਣੇ ਘਰ ਦੇ ਬਿਲਕੁਲ ਸਾਹਮਣੇ ਨੇ ਇੱਕ ਸਰਵਿਸ ਸਟੇਸ਼ਨ। ਅੱਛਾ ਅੱਛਾ, ਤੂੰ ਉੱਥੇ ਚਲਾ ਜਾਣਾ। ਹਾਂਜੀ ਤੈਨੂੰ ਮੈਂ ਦਿਆਂਗਾ ਟਰਾਊਜ਼ਰ। ਅੱਛਾ ਨਾਲ ਜੋਗਰ ਸ਼ੋਗਰ ਪਾ ਕੇ, ਹੱਥਾਂ ਦੇ ਗਲਵਸ ਚੜਾ ਕੇ, ਤੂੰ 6-7 ਗੱਡੀਆਂ ਧੋਣੀਆਂ ਉੱਥੇ, ਮਸਲਾ ਕੋਈ ਨੀ ਭੈਣ, ਫਰੈਸ਼ ਹੋਣੀਆਂ ਗੱਡੀਆਂ ਆਪਣੇ ਬੰਦਿਆਂ ਦੀਆਂ, ਲੇਕਿਨ ਰੋਜ਼ਾਨਾ ਚੇਂਜ ਹੋਇਆ ਕਰਨਗੀਆਂ ਗੱਡੀਆਂ, ਠੀਕ ਆ? ਹਾਂ ਚੇਂਜ ਹੋਇਆ ਕਰਨਗੀਆਂ। ਉਹ ਗੱਡੀਆਂ ਧੋ ਕੇ ਨਾ, ਤੂੰ 3 ਗੱਡੀਆਂ ਧੋ ਕੇ, ਉਹਨਾਂ ਨੂੰ ਸਰਫ ਸੁਰਫ ਲਾ ਕੇ ਖੜੀਆਂ ਕਰਕੇ ਥੋੜ੍ਹੀ ਦੇਰ ਉਹਨਾਂ ਨੂੰ ਤੂੰ ਸੁੱਕਣ ਦੇਣਾ, ਉਨੀ ਦੇਰ 'ਚ ਤੂੰ ਨਾਸ਼ਤਾ ਕਰ ਲੈਣਾ। ਤੈਨੂੰ ਅਸੀਂ ਆਪਣਾ ਚਾਹ ਦਾ ਗਲਾਸ ਤੇ 2 ਪਾਪੇ 2 ਰਸ, ਆਰਾਮ ਨਾਲ ਨਾਸ਼ਤਾ ਕੀਤਾ, ਉਸ ਤੋਂ ਬਾਅਦ ਕੰਮ ਤੇ ਲੱਗ ਗਿਆ। ਸਹੀ, ਇਹ ਨਾਸ਼ਤਾ ਨਾ ਮਰੀ ਵੀ ਕਿਉਂ ਜਾਣਦੇ ਆ ਵੀਰੇ, ਤੈਨੂੰ 3 ਦੇ ਦਾਂਗੇ ਰਸ। ਰਹਿਣ ਦੋ, ਇਹ ਹੁੰਦੀਆਂ ਭੈਣਾਂ ਬੇਵਕੂਫਾ, ਵੇਖ ਬੈਠੀ ਬੈਠੀ ਨੇ ਤੇਰਾ ਰਸ ਵਧਾ ਦਿੱਤਾ। ਨਹੀਂ ਰਹਿਣ ਦੋ, ਇੱਡਾ ਕਹਦਾ ਤੁਸੀਂ ਸਾਨ ਕਰਨਾ, ਤੁਸੀਂ ਕੋਈ ਗੱਲ ਨਹੀਂ। ਅੱਛਾ ਉਸ ਤੋਂ ਬਾਅਦ ਨਾ ਫਿਰ ਪੁੱਤਰ ਤੂੰ ਆ ਜਾਣਾ ਜੀ, ਉਸ ਤੋਂ ਬਾਅਦ ਹੈ ਉੱਥੋਂ ਆ ਕੇ ਨਾ ਤੂੰ ਘਰ ਆ ਕੇ, ਤੂੰ ਰਸਤੇ 'ਚੋਂ ਆਉਂਦੀਆਂ ਸਬਜ਼ੀਆਂ ਗੋਸ਼ਤ ਦਾਲਾਂ ਲਈ ਆਉਣੀਆਂ ਲੈ ਕੇ ਆ ਕੇ ਤੇ ਤੂੰ ਘਰ ਬਣਾਉਣਾ ਸ਼ੁਰੂ ਕਰ ਦੇਣਾ ਜੀ, ਬਿਸਮਿਲ੍ਲਾ। 11 ਵਜੇ ਦਾ ਟਾਈਮ ਹੋ ਜਾਣਾ। ਹਾਂਜੀ ਹਾਂਜੀ, ਸਬਜ਼ੀਆਂ ਸੁਬਜ਼ੀਆਂ ਬਣਾ ਕੇ ਤੇਰੇ ਕਰਕੇ ਰੱਖਣੀਆਂ ਨੇ। ਹਾਂਜੀ ਰੱਖ ਕੇ ਤੇ ਕਰਕੇ ਤੂੰ ਚੁੱਲ੍ਹਾ ਬਾਲਣਾ, ਚੁੱਲ੍ਹਾ ਬਾਲ ਕੇ ਹਲਕੀਆਂ ਹਲਕੀਆਂ ਸਫਾਈਆਂ ਕਰ ਲੈਣੀਆਂ। ਠੀਕ ਹੈ ਜੀ, ਮਾਸ਼ਾਅੱਲਾ। ਉਸ ਤੋਂ ਬਾਅਦ ਤੂੰ ਹਾਂਡੀ ਰੱਖ ਦੇਣੀ ਉੱਤੇ ਜੀ, ਠੀਕ ਹੋ ਗਿਆ? ਹਾਂਡੀ ਪੱਕ ਗਈ? ਹਾਂਜੀ ਹਾਂਜੀ, ਹਾਂਡੀ ਪੱਕ ਕੇ ਤੂੰ ਬਾਜੀ ਨੂੰ ਦੱਸ ਲੈ, ਬਾਜੀ ਹਾਂਡੀ ਪੱਕ ਗਈ, ਬਾਜੀ ਨੇ ਪਾਸ ਕਰ ਦਿੱਤੀ। ਠੀਕ ਹੈ ਠੀਕ ਹੈ, ਤੇ ਤੂੰ ਪਾਸ। ਅੱਛਾ ਜੀ, ਨਹੀਂ ਨਹੀਂ ਮਜ਼ਾ ਆਏਗਾ ਉਹਨਾਂ ਨੂੰ ਖਾਣੇ ਦਾ ਜੀ। ਉਸ ਤੋਂ ਬਾਅਦ ਤੂੰ ਚਲਾ ਜਾਣਾ ਜਮੀਲਾ ਦੇ ਘਰ, ਉਹਦੇ ਘਰ ਜਾ ਕੇ ਹਾਂਡੀ ਪਕਾਣੀ। ਹਾਂ ਫਿਰ ਤੂੰ ਚਲਾ ਜਾਣਾ ਬੇਬੀ ਦੇ ਘਰ, ਉਹਦੇ ਘਰ ਹਾਂਡੀ ਪਕਾਣੀ, ਨਾਲ ਨਾਲ ਗਲੀਆਂ 'ਚ ਘਰ ਨੇ। ਫਿਰ ਤੂੰ ਚਲਾ ਜਾਣਾ ਫਰਾਨਾ ਦੇ ਘਰ, ਤੂੰ ਉਹਦੇ ਘਰ ਹਾਂਡੀ ਪਕਾਣੀ। ਇਹ ਤੂੰ 3 ਹਾਂਡੀਆਂ ਪਕਾਣੀਆਂ ਨੇ, ਉੱਥੋਂ ਤੂੰ ਨਿਕਲਣਾ, ਠੀਕ ਹੈ? ਰਸਤੇ 'ਚੋਂ ਆਉਂਦਿਆਂ ਤੂੰ ਘਰ ਦਾ ਛੋਟਾ ਮੋਟਾ ਸੌਦਾ ਸਟੋਰ ਤੋਂ ਲੈ ਲੈਣਾ, ਥੋੜ੍ਹੇ ਜਿਹੇ ਅੰਡੇ ਲੈ ਲੈ, ਅੰਡੇ ਤੂੰ ਲੈਣੀ 8 ਦਰਜਨ। ਹਾਂਜੀ 8 ਦਰਜਨ ਕਾਫੀ ਨੇ ਨਾ? ਹਾਂਜੀ, ਇੰਨੀਆਂ ਕਿਤੇ ਚਾਹੀਦੀਆਂ ਹੁੰਦੀਆਂ ਨਾ। ਉਹ ਤੂੰ ਲੈ ਕੇ ਆਉਣਾ ਤੇ ਲਿਆ ਕੇ ਨਾ ਤੂੰ ਇਹ ਘਰ ਰੱਖਣੇ ਨੇ, ਰਕਸ਼ਾ ਕੱਢਣਾ, ਦੁਬਾਰਾ ਬੱਚੇ ਲੈਣ ਚਲ ਜਾਣਾ। ਗੱਡੀਆਂ ਧੋ ਕੇ ਹਾਂਡੀ ਰਖਾ ਰੱਖ ਕੇ ਤੇਰੀ ਦਿਹਾੜੀਆਂ ਚ ਲੰਘ ਜਾ ਕਰਨੀ, ਪਤਾ ਹੀ ਨਹੀਂ ਚੱਲਣਾ ਹੈ ਟਾਈਮ ਕੰਜ। ਅੱਜ ਕੱਲ ਦਿਨਾਂ ਦਾ ਕੋਈ ਪਤਾ ਲੱਗਦਾ? ਹੋਰ ਕੀ, ਜ਼ਮਾਨਾ ਬੜਾ ਫਾਸਟ ਹੋ ਗਿਆ ਵੀਰੇ। ਨਹੀਂ ਮੈਂ ਨਜ਼ਰ ਆੜ ਗਿਆ ਨੇ, ਮਹੀਨਿਆਂ 'ਚ ਤੇ ਮਹੀਨੇ ਦਿਨਾਂ 'ਚ ਤੇ ਦਿਨ ਘੰਟਿਆਂ 'ਚ ਬਦਲ ਗਏ, ਮੈਨੂੰ ਫੀਲ ਹੋਣ ਲੱਗ ਗਿਆ ਜੀ। ਹਾਂਜੀ ਹਾਂਜੀ ਹਾਂਜੀ, ਤੇ ਤੂੰ ਬਹੁਤ ਫਾਸਟ ਹੈ। ਬੱਚਿਆਂ ਨੂੰ ਸਕੂਲੋਂ ਲਿਆ ਕੇ, ਹਾਂਜੀ, ਐ ਆਰਾਮ ਨਾਲ ਬਿਠਾ ਕੇ ਬੱਚਿਆਂ ਦੀ ਯੂਨੀਫਾਰਮਾਂ, ਉਹਨਾਂ ਦੇ ਬੂਟਾਂ ਨੂੰ ਜ਼ਰਾ ਹੱਥ ਹੁੱਥ ਮਾਰ ਕੇ ਸਾਰਿਆਂ ਨੂੰ, ਤੇ ਯੂਨੀਫਾਰਮ ਉਹਨਾਂ ਦੀ ਦੁਬਾਰਾ ਟੰਗ ਕੇ, ਹਾਂਜੀ, ਤੂੰ ਆਰਾਮ ਨਾਲ ਸਕੂਨ ਦੇ ਨਾਲ ਅਗਲੇ ਕੰਮ ਤੇ ਲੱਗ ਜਾਣਾ। ਇੰਨਾ ਕਿਤੇ ਕੰਮ ਆ ਵੀਰੇ, ਇਹ ਫਿਰ ਆਰਾਮ ਤੇ ਨਾ ਹੋਇਆ ਭਾਵੇਂ। ਅੱਛਾ ਜਮੀਲਾ ਨੂੰ ਕਹਿ ਦੇ ਕਿ ਘਰ ਦਾ ਕੰਮ ਵੀ ਕਰਿਆ ਕਰੇਗਾ, ਹਾਂਡੀ ਵੀ ਪਕਾਇਆ ਕਰੇਗਾ, ਤੇ ਉਹਨੂੰ ਕਹ ਸਾਨੂੰ ਨਾ ਐਡਵਾਂਸ ਭੇਜ ਦੇ ਪਹਿਲੇ। ਹਾਂਜੀ ਚਲੋ ਮੈਂ ਪੁੱਛ ਲੈਂਦੀ, ਉਹ ਕੱਪੜਿਆਂ ਦਾ ਵੀ ਕਹਿੰਦੀ ਸੀ ਕੱਪੜੇ ਵੀ ਧਵਾਉਣੇ ਆ, ਧੋ ਦਿਆ ਕਰੇਗਾ। ਅੱਛਾ ਜਦੋਂ ਹਾਂਡੀ ਰੋਟ ਪਕਾ ਕੇ ਤੇ ਘਰ ਆ ਕੇ ਬੱਚੇ ਛੱਡ ਕੇ, ਫਿਰ ਉਹਦੇ ਜਮੀਲਾ ਦੇ ਘਰ ਚਲਾਂਗੇ, ਜਾ ਕੇ ਉੱਥੇ ਕੱਪੜੇ ਧੋਇਆ, ਉੱਥੇ ਜਾ ਕੇ ਮਸ਼ੀਨ ਲਾ ਲਈ।
हाँ कोई होर वादू भी काम होया अच्छा नहीं एक काम करांगे एक घर जिन्हों मशीन लवा देंगे तिना करा दें उत्थे सारे दे कपड़े आ जाए उत्थे आराम नाल धोते धो के सारे दे लहदा लहदा करके कालरां दे उन्हां दे नाल लेके ना पिछे उन्हां दे कल्ले कल्ले दे घर च दे दित्ता उसे 30,000 च पाए हाँ 30,000 ਭਰਾਵਾ ਵੱਧ ਵੀ ਤੇ ਜਾਣਾ 5,000 ਅਗਲੇ ਸਾਲ ਕੀ ਹੋ ਗਿਆ ਛੇਤੀ ਹਰ ਸਾਲ ਦਾ 5,000 ਵਧਣਾ ਲੈ ਮੇਰਾ ਧਿਆਨ ਨਹੀਂ ਇਸ ਗੱਲ ਤੇ ਸਹੀ ਤੂੰ ਚੁੱਪ ਕਰਕੇ ਗੱਡੀ ਲੈ ਲਈ ਇੱਕ ਹੈ ਆਰਾਮ ਆਰਾਮ ਨਾਲ ਕਿਸ਼ਤਾ ਦਿੰਦਾ ਰਹੀ ਉਹ ਤੇ ਨਹੀਂ ਚਾਹੀਦਾ ਹਾਂ ਤੇਰੇ 50 ਸਾਲਾਂ ਜਾਈ ਤੇਰੇ ਪੈਸੇ ਲੈ ਜਾਣੇ ਨੇ ਲੈ ਗਏ ਇਦਾਂ ਹੀ ਲੈਤੇ ਹਾਂ ਤੇ ਉਸ ਤੋਂ ਬਾਅਦ ਤੂੰ ਜਦੋਂ ਘਰ ਆ ਕੇ ਹਾਂਡੀ ਪਕਾਣੀ ਅੱਛਾ ਉਸ ਤੋਂ ਬਾਅਦ ਜੇ ਆ ਕੇ ਫੇਰ ਬਣਾਉਣੀ ਹੈ ਹਾਂਡੀ ਪਕਾਣੀ ਉਸ ਤੋਂ ਬਾਅਦ ਪਹਿਲੇ ਬਣਾਈ ਉਹ ਦੁਪਹਿਰ ਵਾਲੀ ਬਣਾਈ ਉਹ ਦੁਪਹਿਰ ਵਾਲੀ ਸੀ तू चुप करके कूलर लेना अठ दर्जन आंडे दलनिया छे सत गलिया तू वेचने उसे 30,000 च रब्बा वध ही जाने आ हर साल 5,000 वधना वा पैसे वधने वधन लेकिन तुसी बहुत वधन डे अठ दर्जन तेरिया जड़िया ना मेरे हिसाब से चला दे फजल ना दर्जन 12 कर लो वैसे 2:15 बजे तक तेरिया बिक जानी रात में अच्छा 12 ना अंडे बेचने अंडे बेचने उसे 30,000 तू चुप करके ना हां जी 2:15 मेरे हिसाब से वेला हो जाएगा अंडे बेच के अच्छा अच्छा ठीक है ना नाम ही विकन तू 2:15 बजे जेड़े बचे ने ना घर लाया एडी केड़ी मतलब सानू मार बगी है मतलब अल्लाह ने रिस्क देना हुंदा इस तरह ही है तू घर आ के कूलर रख भावे एक कांडा बच जाए कोई प्रॉब्लम नहीं तो तू घर आ के ना चुप करके लम्मी तान के तू सौ जानी है तो तू उठना आराम ना 3:30 बजे 2:30 बजे आना मैं हाँ ਸਕੂਨ ਨਾਲ ਸੌਂ ਕੇ 3 ਵਜੇ ਉੱਠ ਜਾਣਾ ਮੈਂ 3:30 3:30 ਅੱਧਾ ਘੰਟਾ ਹੋਰ ਲੈ ਤੁਸੀਂ ਮੈਨੂੰ ਬਹੁਤਾ ਨਹੀਂ ਸਵਾਉਣ ਦੇ ਪਤਾ ਨਹੀਂ ਸਾਰੀ ਦਿਹਾੜੀ ਤੂੰ ਕੰਮ ਕੀਤਾ ਹੋਣਾ ਪੁੱਤਰ ਹੁਣ ਇਹਨਾਂ ਵੀ ਨੇ ਤੈਨੂੰ ਸਵਾਈਏ ਤੇ ਫਿਰ ਲੋਕੀ ਸਾਡੇ ਤੇ ਤੁਕ ਤੁਕ ਕਰਨਗੇ ਕੱਚੇ ਆ ਕੈਸਾ ਤੇ 3:30 ਵਜੇ ਉੱਠਣਾ ਫਿਰ ਇਸੇ ਤਰ੍ਹਾਂ ਇਸੇ ਤਰ੍ਹਾਂ ਸਾਰਾ ਸਿਲਸਿਲਾ ਸ਼ੁਰੂ ਹੋ ਜਾਂਦਾ ਫਿਰ ਉਸੇ 30,000 ਦੇ ਵਿੱਚ ਐਤਵਾਰ ਦੀ ਹੋਣੀ ਹੈ ਛੁੱਟੀ ਠੀਕ ਹੈ ਕੋਈ ਲੋੜ ਨਹੀਂ ਤੈਨੂੰ ਆਪਣੇ ਘਰ ਜਾਣ ਦੀ ਆਰਾਮ ਨਾਲ ਇੱਥੇ ਰਹਿ ਆਪਾਂ ਸਾਰਾ ਘਰ ਸਾਫ਼ ਕਰਾਂਗੇ ਮੈਂ ਤਾਂ ਫਿਰ ਸਾਫ਼ ਕਰਨਾ ਛੁੱਟੀ ਕੋਈ ਨਹੀਂ ਐਤਵਾਰ ਵਾਲੇ ਦਿਨ ਤੇਰਾ ਜਨਰਲ ਸਫਾਈ ਹੁੰਦੀ ਨਾ ਉੱਪਰ ਵਾਲੇ ਥੱਲੇ ਵਾਲੇ ਘਰ ਦੀ ਸੋਫੇ ਸੋਫੇ ਝਾੜ ਦਿੱਤੇ ਜ਼ਰੂਰੀ ਆ ਮੈਂ ਤੇਰੇ ਨਾਲ ਆਪ ਖਲੋ ਕੇ ਕਹਾਂਗਾ ਇੱਥੋਂ ਝਾੜ ਇੱਥੋਂ ਕੰਮ ਕਰ ਇੱਥੋਂ ਇੰਨਾ ਉਸੇ 30,000 ਚ ਉਸੇ 30,000 ਅੱਛਾ ਗੱਲ ਸੁਣ ਹਾਂਜੀ ਅੱਬਾ ਜੀ ਹੁੰਦਾ ਤੇਰਾ ਹਾਂਜੀ ਜੀ ਵਾਲ ਸਾਹਿਬ ਜਿੰਦਾ ਜੀ ਵਾਲਦਾ ਅਮੀ ਵੀ ਆਇਆ ਜੀ ਮਾਸ਼ਾਅੱਲਾ ਸ਼ਾਦੀ ਹੋਈ ਹੈ ਸ਼ਾਦੀ ਹੋਈ ਹੈ ਜੀ ਬੀਵੀ ਹੈ ਤੁਹਾਡੀ ਜੀ ਜੀ ਬੇਗਮ ਉਹਦਾਂ ਗੱਲ ਕਰਾ ਦਿਓ ਮੇਰੀ ਤੇਰਾ ਤੁਸੀਂ ਅੰਮੀ ਅੱਬੂ ਨਾਲ ਗੱਲ ਕਰੋ ਜੀ ਬੀਵੀ ਨਾਲ ਕੀ ਕਰਨੀ ਗੱਲ ਤੁਸੀਂ ਪੈਸੇ ਕਿਹਨੂੰ ਦੇਣੇ ਜਾ ਕੇ ਮੈਂ ਆਪਣੀ ਵਾਈਫ ਨੂੰ ਦੇਣੇ ਜੀ ਵਾਈਫ ਨੂੰ ਦੇਣੇ ਨਾ ਹਾਂਜੀ ਜਦੋਂ ਕੋ ਪੈਸੇ ਜਾਣੇ ਮੇਰੀ ਉਹਦੇ ਨਾਲ ਗੱਲ ਕਰਾਂ ਮੈਂ ਆਪਣੀ ਬੇਗਮ ਨਾਲ ਕੋਈ ਗੱਲ ਲੁਕਾਉਣੀ ਨਹੀਂ ਸਾਰੀ ਜਾ ਕੇ ਮੈਂ ਗੱਲ ਉਹਦੇ ਨਾਲ ਸ਼ੇਅਰ ਕਰਨੀ ਹੈ ਜਨਾਬ ਤੂੰ ਨਹੀਂ ਲੁਕਾਉਂਦਾ ਲੇਕਿਨ ਮੇਰਾ ਵੀ ਫਰਜ਼ ਬਣਦਾ ਨਾ ਕਿ ਮੈਂ ਉਹਨੂੰ ਦੱਸਾਂ ਕਿ ਪੈਸੇ ਮੈਂ ਭੇਜੇ ਕੰਮ ਮੈਂ ਕਰਨਾ ਜਾਂ ਬੇਗਮ ਨੇ ਕਰਨਾ ਜਨਾਬ ਚਲੋ ਇਹ ਤੁਹਾਡੇ ਘਰ ਦਾ ਮਸਲਾ ਨਾ ਕਰਾਓ ਹਾਂਜੀ ਠੀਕ ਹੈ ਨਾ ਅਸਲਾਮੁ ਅਲੈਕਮ ਵਾਲੇਕਮ ਸਲਾਮ ਲੋਦੀ ਸਾਹਿਬ ਕੀ ਹਾਲ ਹੈ ਜੀ ਅੱਲਾ ਦਾ ਸ਼ੁਕਰ ਉਹ ਬਾਜੀ ਜਮੀਲਾ ਨੇ ਭੇਜਿਆ ਉਹ ਕੰਮ ਹੋ ਗਿਆ ਹੋ ਗਿਆ ਬਿਹਤਰੀਨ ਅੱਲਾ ਨੇ ਦੇਖੋ ਤੇਰਾ ਮਾਸ਼ਾਅੱਲਾ ਘਰ ਦਾ ਪਲਿਆ ਬੰਦਾ ਦੇਤਾ ਵੈਰੀ ਗੁੱਡ ਵੈਰੀ ਘਰ ਦਾ ਪਲਿਆ ਜਾਨਵਰ ਹੁੰਦਾ ਵਾ ਤੁਸੀਂ ਸਾਡੀ ਜਾਨ ਹੋ ਤੁਸੀਂ ਸਾਡੇ ਭਰਾ ਹੋ ਤੁਸੀਂ ਤੇ ਅੰਗਰੇਜ਼ੀ ਵਗੈਰਾ ਬੋਲ ਲੈਂਦਾ ਮੈਂ ਕਹਿੰਦਾ ਜਿਹੜਾ ਕੰਮ ਕਹੋਗੇ ਹਰਫਨ ਮੌਲਾ ਅੱਲਾ ਨੇ ਸਮਝ ਲਓ ਤੁਹਾਨੂੰ ਸਾਮਰੀ ਜਾਦੂਗਰ ਦੇ ਦਿੱਤਾ ਵੈਰੀ ਗੁੱਡ ਤੇ ਉਹ ਆਪਣੇ ਕਾਬਲੇ ਤਬਾਰ ਹੈ ਨਾ ਤੀਆਂ ਭੈਣਾਂ 'ਚ ਬਿਠਾਉਣ ਵਾਲਾ ਵਾਹ ਤੇ ਘਰ ਇਕੱਲਾ ਖਾਲੀ ਛੱਡ ਕੇ ਚਲੇ ਜਾਓ ਘਰ 'ਚ ਕੋਈ ਸ਼ੈ ਨਾ ਪਈ ਹੋਵੇ ਅੱਲਾ ਦੇ ਫਲਾ ਵਾਪਸ ਆਓਗੇ ਉਂਝ ਹੀ ਕੋਈ ਸ਼ੈ ਨਹੀਂ ਪਈ ਹੋਏਗੀ ਹੈਂ ਇਹ ਗੈਰਮਾਨ ਸਾਰੀਆਂ ਚੀਜ਼ਾਂ ਮਸਲ ਮੈਂ ਖਰਾਬ ਕਰ ਦਣੀ ਨਹੀਂ ਮਤਲਬ ਚੋਰੀ ਨਹੀਂ ਕਰਦਾ ਚੋਰ ਨਹੀਂ ਹਾਂ ਇਤਬਾਰ ਇਤਬਾਰ ਹੀ ਬੰਦਾ ਇਹ ਮੇਰੇ ਬਾਰੇ ਗੱਲ ਹੋਣੀ ਬਾਜੀ ਅਸੀਂ ਤੇ ਤੁਹਾਨੂੰ 30 ਸਾਲਾਂ ਤੋਂ ਜਾਣਦੇ ਆ ਬਾਜੀ ਮੈਨੂੰ ਤੇ ਤੂੰ 27-28 ਸਾਲਾਂ ਦੀ ਲੱਗਣ ਨਹੀਂ ਹੈ ਕਿੰਨੇ ਥਾਲ ਪਾਤੇ ਮੇਰੇ ਤੇ ਹੋਏ ਇਸ ਤਰ੍ਹਾਂ ਹੀ ਹੁੰਦਾ ਕਿਸੇ ਦੇ ਅੱਗੇ ਇਤਬਾਰ ਦੱਸਣ ਵਾਸਤੇ ਲਓ ਜੀ ਭਾਜੀ ਆਇਆ ਕਰੇਗਾ ਆਪਣਾ ਸਵੇਰ ਸਵੇਰ ਰਕਸ਼ੇ ਤੇ ਬੱਚੇ ਆਪ ਬਿਠਾਏਗਾ ਬੱਚੇ ਨੂੰ ਚੁੱਕ ਕੇ ਬਿਠਾਏਗਾ ਤੇ ਚੁੱਕ ਕੇ ਲਾਏਗਾ ਨਾਜ਼ੁਕ ਬੱਚੇ ਨਾ ਨਾਜ਼ੁਕ ਬੱਚੇ ਨੇ ਔਰ ਦੁਪਹਿਰੇ ਆਏਗਾ ਆਪਣਾ ਸ਼ਾਮ ਦੇ ਟਾਈਮ ਤੇ ਤੁਹਾਡੀ ਮਸ਼ੀਨ ਲਾਏਗਾ ਕੱਪੜੇ ਧੋਏਗਾ ਜਦੋਂ ਮਸ਼ੀਨ ਲਾਏਗਾ ਇਹਦੇ ਆਸੇ ਤੁਸੀਂ ਪੂਰਾ ਖਾਣ ਪੀਣ ਦਾ ਮਤਲਬ ਖਿਆਲ ਰੱਖਣਾ ਭਰ ਕੇ ਕੱਪ ਚਾਹ ਦਾ ਦੇਣਾ ਠੀਕ ਹੈ ਠੀਕ ਹੈ ਤੇ ਤਨਖਾਹ ਤੈਅ ਹੋ ਗਈ ਤਨਖਾਹ ਤੈਅ ਹੋ ਗਈ ਹੈ ਤੇ 32,000 ਰੁਪਇਆ ਦੇਣਾ ਸੀ ਮਹੀਨੇ ਦਾ ਤੁਸੀਂ ਮੈਨੂੰ 30,000 ਰੁਪਏ ਕਹਿ ਰਹੇ ਸੀ
ਮੈਂ 2000 ਸਿਕਿਉਰਿਟੀ ਦੇ ਤੌਰ ਤੇ ਲੈ ਰਿਹਾ ਉਹਨਾਂ ਨੂੰ। ਭਾਅ ਜਾਨ ਅਸੀਂ ਤੁਹਾਨੂੰ 32 ਦੀ ਜਗ੍ਹਾ 35 ਦਿਆਂਗੇ, ਸਾਡਾ ਕੰਮ ਸਹੀ ਹੋਣਾ ਚਾਹੀਦਾ, ਸਾਡੀ ਪਰੇਸ਼ਾਨੀ ਖਤਮ ਹੋਣੀ ਚਾਹੀਦੀ। ਲੋਦੀ ਸਾਹਿਬ ਕੀ ਬਾਤ ਹੈ, ਅਵੇ ਨਾ ਅਗਲੇ ਸਾਲ ਵਧਣਾ ਸੀ 5, ਐਸੇ ਸਾਲ ਹੀ ਵਧ ਗਿਆ, ਹੋਰ ਕੀ। ਠੀਕ ਹੈ ਨਾ, ਲੇਕਿਨ ਸਾਡੇ ਇਹਨਾਂ ਸੈਨ 30 ਦੇ ਹੋਏ ਨੇ, ਆਪਾਂ 30 ਦਿਆਂਗੇ। ਠੀਕ ਹੈ ਫਿਰ, ਬਾਜੀ ਨੇ 1 ਲੱਖ ਰੁਪਏ ਭੇਜਿਆ। ਅੱਛਾ, ਇਹ ਲਾ ਤੇ ਇਹ ਤੁਸੀਂ ਰੱਖੋ। ਠੀਕ ਹੋ ਗਿਆ ਤੇ ਮੈਂ ਜਾ ਰਿਹਾ ਫਿਰ। ਠੀਕ ਹੋ ਗਿਆ ਤੇ ਸਵੇਰ ਤੋਂ ਸਾਰੇ ਕੰਮ ਸ਼ੁਰੂ। ਲੈ ਵੀਰਾ, ਇਹਦੇ ਖਾਤੇ 'ਚ ਆ ਗਿਆ 1 ਲੱਖ ਰੁਪਈਆ। ਠੀਕ ਹੈ, ਜਮੀਨ ਲਾ ਲਓ। ਠੀਕ ਹੈ, ਫਿਰ ਮੈਂ ਨਿਕਲਾ ਜੀ। ਹਾਂਜੀ ਹਾਂਜੀ, ਅੱਲਾ ਹਾਫਿਜ਼। ਲਓ ਜੀ, ਅੱਲਾ ਦੇ ਵਾਲੇ ਜੀ, ਸਵੇਰ ਤੋਂ ਆ ਰਿਹਾ ਜੇ। ਠੀਕ ਹੈ, ਕੱਲ ਤੋਂ ਇਨਸ਼ਾ। ਠੀਕ ਹੈ ਠੀਕ ਹੈ, ਅਸਲਾਮ ਅਲੈਕੁਮ। ਭਾਈ ਨਾ 1 ਲੱਖ ਰੁਪਈਆ ਤਾਂ ਦਿਓ ਮੈਨੂੰ। ਤੈਨੂੰ ਕਹਦਾ ਦਈਏ? ਲੈ ਮੈਨੂੰ ਕਹਦਾ, ਮੇਰੇ ਤੇ ਫੜੇ ਆ ਤੁਸੀਂ। ਤੇਰੇ ਫੜੇ ਤੂੰ ਲੈ ਲਾ, ਸਾਡਾ ਤੇਰੇ ਫੜੇ ਨੇ, ਅਸੀਂ ਆਪਣੇ ਕੰਮ ਦੇ ਫੜੇ ਨੇ। ਉਹ ਮੇਰੇ ਕੰਮ ਦੇ ਫੜੇ ਜਨਾਬ, ਕੰਮ ਬੱਚੇ ਮੈਂ ਲਾਉਣੇ, ਕੱਪੜੇ ਮੈਂ ਧੋਣੇ ਹੈ, 1 ਲੱਖ ਰੁਪਈਆ ਤੁਸੀਂ ਫੜੋ ਹੈ? ਮੇਰੇ ਤੇ 1 ਲੱਖ ਦੀ ਲਾਲਚ ਨਹੀਂ, ਇੰਨਾ ਕੰਮ ਕਰਕੇ ਵੀ 1 ਲੱਖ ਤੁਸੀਂ ਮੇਰਾ ਫੜੋ। ਚਲੋ, ਉਹ ਤਾਂ ਤੁਹਾਡੀ ਜੋ ਮਰਜ਼ੀ ਪਾਓ ਆਪਣੇ ਤੇ। ਤੁਹਾਡੀ ਮੇਰੀ ਪਹਿਲੀ ਜਿਹੜੀ ਗੱਲ ਹੋਈ, ਮੈਂ ਇਹਦੇ 'ਚ ਫੋਨ 'ਚ ਅਜੇ ਵੀ ਰਿਕਾਰਡਿੰਗ ਲਾਈ ਹੈ। ਰਿਕਾਰਡਿੰਗ ਲੱਗੀ ਹੈ ਕਿ ਅਸੀਂ ਤੁਹਾਡੇ ਕੋਲ ਕੰਮ ਕਰਾਉਣਾ, ਅਸੀਂ ਤੁਹਾਡੇ ਕੋਲ ਜਿਹੜਾ ਮਰਜ਼ੀ ਕੰਮ ਕਰਾਈਏ, ਅਸੀਂ ਤੁਹਾਨੂੰ ਪੈਸੇ ਦੇਣੇ ਨੇ। ਅਸੀਂ ਤੁਹਾਨੂੰ 30,000 ਰੁਪਏ, 1 ਰੁਪਈਆ ਘੱਟ ਦਿਓ, ਤੁਸੀਂ ਸਾਡੇ ਛੇਤਰ ਮਾਰੋ ਯਾਰ। ਇੱਕ ਘਰੋਂ ਤੁਸੀਂ 35,000 ਮੰਗਾ ਲਿਆ, ਇੱਕ ਪਾਸੋਂ 1 ਲੱਖ ਰੁਪਈਆ, ਤੇ ਮੇਰੇ ਨੂੰ ਤੁਸੀਂ 5,000 ਵੀ ਨਹੀਂ ਵਧਾਉਣੇ। ਸਾਡੇ ਘਰ ਨੇ ਨਾ, ਉਹ ਤੇਰੇ ਘਰ ਨੇ। ਉਹ ਤਾਂ ਤੁਸੀਂ ਇੰਨਾ ਕੁਛ, ਮੈਂ 30,000 ਰੁਪਏ ਮੈਂ 3 ਵਜੇ ਉੱਠਣਾ, ਮੇਰਾ ਥਾਣੇ ਫੋਨ ਹੋਣਾ ਹੀ। ਉੱਠਦੇ ਲੜਾਈ ਪਾ ਲਈ ਤੂੰ ਫਿਰ ਯਾਰ, 4-6 ਵਜਣਗੇ ਨਾ, ਮੁੜ ਕੇ ਤੂੰ ਉਹ ਕਾਚ 'ਚ ਆ ਜਾਣਾ ਤੂੰ। ਤੁਹਾਡੇ ਲੋਕਾਂ ਦੀ ਇਹ ਬੜੀ ਮੁਸੀਬਤ ਹੁੰਦੀ ਹੈ, ਪਹਿਲੇ ਤੁਸੀਂ ਕੰਮ ਲੱਭਣਾ, ਪਹਿਲੇ ਤੁਸੀਂ ਚੀਕਾਂ ਮਾਰਨੀਆਂ, ਭਾਜੀ ਮੇਰੇ ਬੱਚੇ ਜੀ, ਭਾਜੀ ਕਿਰਾਇਆ ਦੇਣਾ, ਭਾਜੀ ਗੈਸ ਦਾ ਬਿੱਲ ਆ ਗਿਆ, ਮੁੜ ਕੇ ਟਕ ਟਕ ਦੀਆਂ ਗੱਲਾਂ ਕਰਦੇ ਤੁਸੀਂ। ਉਹਨੇ 30,000 ਦੇ ਵਿੱਚ ਮੈਂ ਸਵੇਰੇ 3:30 ਉੱਠਾਂ, ਘਰ ਦੀਆਂ ਸਫਾਈਆਂ ਕਰਾਂ, ਹੈ ਉੱਠ ਕੇ ਨਾਸ਼ਤੇ ਕਰਾਵਾਂ, ਹੈ ਜਾ ਕੇ ਬੱਚੇ ਸਕੂਲ। 30,000 ਰੁਪਇਆ ਨਹੀਂ ਲੈਣਾ, ਮੁਫਤ ਦਾ ਮਾਲ ਹੈ। ਕੀ ਕਹਿੰਦਾ ਮੁਫਤ ਦਾ ਮਾਲ? ਤੇ ਜਿਹੜਾ ਵਾਉਂਡ ਹੈ ਤੁਸੀਂ, ਮੈਨੂੰ ਇਨਸਾਨ ਨਹੀਂ ਸਮਝਣੇ, ਤੁਸੀਂ ਖੋਤਾ ਸਮਝਿਆ ਵਾ, ਵੀ ਬੱਚੇ ਸਕੂਲੋਂ ਛੱਡ ਗਿਆ ਵਾ, ਬਾਅਦ ਤੋਂ ਸਬਜ਼ੀ ਲੈ ਗਿਆ ਵਾ, ਉਸੇ 30,000 ਰੁਪਏ ਦੇ ਵਿੱਚ ਹੈ, ਆ ਕੇ ਪਕਾਵਾਂ, ਪਕਾ ਕੇ ਬਾਅਦ ਚ ਸਾਹਮਣੇ ਗੱਡੀਆਂ ਧੋਵਾਂ, ਉਸੇ 30,000 ਦੇ ਵਿੱਚ ਹੈ, ਮੈਂ ਆ ਕੇ ਫਿਰ ਦੂਸਰੇ ਘਰ ਮਸ਼ੀਨ ਲਾਉਣ ਜਾਵਾਂ, ਉਸੇ 30,000 ਦੇ ਵਿੱਚ। ਹਾਂਜੀ, ਥਲੜੀ ਵੀ ਪਕਾਵਾਂ, ਉਤਲੀ ਵੀ ਪਕਾਵਾਂ, ਉਸੇ 30,000 ਦੇ ਵਿੱਚ ਹੈ। ਵਾਹ ਵੀ ਵਾਹ, ਸ਼ਾਮ ਨੂੰ 8 ਵਜੇ ਦੇ ਬਾਜੀ ਚੁੱਪ ਕਰਦਾ ਹੈ, ਐਡਾ 30,000 ਕਿਤੇ ਚੜਿਆ ਤੁਹਾਨੂੰ? ਓਏ ਤਮੀਜ਼ ਨਾਲ ਗੱਲ ਕਰ ਓ ਭਾਜੀ, ਐਸਾ ਤੇਰਾ ਗੁੰਮ ਹੈ ਤੇਰਾ ਮੂੰਹ ਹੀ, ਯਾਦ ਆ ਘਾਟਾ ਤੈਨੂੰ? ਨਹੀਂ, ਇਹ ਕਿਹੜੀ ਗੱਲ ਹੋਈ ਭਾਜੀ? ਸਬਜ਼ੀ ਪਕਾਣੀ ਹੈ, ਹਾਂਡੀ ਪਕਾਣੀ, ਕਿੱਡਾ ਔਖਾ ਕੰਮ ਹੈ? ਨਾ ਔਖਾ ਕੰਮ ਤਾਂ ਨਹੀਂ, ਲੇਕਿਨ ਇੰਨਾ ਕੰਮ ਕਰਦਾ ਹੋਇਆ ਤੇ ਪੈਸੇ ਤਾਂ ਤਾਂ ਤੁਸੀਂ ਮੇਰੇ ਫੜੀ ਜਾਣਦੇ। ਹਾਂਡੀਆਂ ਪਕਾਣੀਆਂ ਝੁੰਗੇ ਦੇ ਵਿੱਚੋਂ ਤੂੰ ਹੈ, ਇੱਕ ਥੋੜਾ ਰੱਖਿਆ ਚਲਾਣਾ, ਚਲਾਕ ਜਾਣਾ, ਤੂੰ ਕਿਹੜਾ ਰਕਸ਼ੇ ਨੂੰ ਧੱਕਾ ਲਾਣਾ, ਟਕੇ ਟਕੇ ਦੀਆਂ ਗੱਲਾਂ ਮਾਰਨ ਡਿਆ ਤੂੰ? ਰਾਤ ਨੂੰ 8 ਦਰਜਨ ਆਂਡੇ ਦੀ ਮਿਲੇ ਉਹ ਵੇਚ ਕੇ, ਰਾਤ ਨੂੰ 2:30 ਉਸੇ 30,000 ਦੇ ਵਿੱਚ ਰੱਜ ਕੇ ਮੈਂ ਸੌਣਾ ਹੈ, ਤੇ 3 ਵਜੇ ਫੇਰ ਉੱਠਣਾ, ਹਾਏ ਹਾਏ, ਉਸੇ 30,000 ਦੇ ਵਿੱਚ ਫੇਰ ਤੁਸੀਂ ਮੈਨੂੰ ਵਾਹਣਾ? ਉਹ ਤੁਹਾਡੇ ਵਾਹਣਾ, ਮੈਂ ਨਹੀਂ ਕੰਮ ਕਰਦਾ। ਤੂੰ ਵਾਹਣਾ, ਤੂੰ ਨੌਕਰ ਹੈ, ਸਟਾਫ, ਤੈਨੂੰ ਵਾਹਣਾ ਸੀ ਐਡਾ ਕਿਤੇ ਤੁਹਾਡਾ 30,000 ਦਾ ਸਿਰੇ ਤੈਨੂੰ ਵਾਹਣਾ ਸੀ ਕੱਲਾ ਮੈਂ ਇੱਥੋਂ। ਸਬਰ ਕਰ ਬੈ, ਤੂੰ ਇੱਥੇ ਸਬਰ ਕਰ ਕਰਾ ਜੀ, ਤੇਰੀ ਆਵਾਜ਼ ਰਿਕਾਰਡ ਹੈ ਤੇ ਮੈਂ ਥਾਣੇ ਫੋਨ ਕਰਕੇ ਨਾ ਮੈਂ ਛੇਤਰ ਬਣਵਾ ਦੇਵਾਂਗਾ, ਘੱਟ ਤੋਂ ਘੱਟ 7 ਸਾਲ ਅੰਦਰ ਜਾਏਗਾ। ਐਵੇਂ ਜਾਵਾਂਗੇ 7 ਸਾਲ? ਮੈਂ ਕਰਨਾ ਹੀ ਨਹੀਂ ਜਦੋਂ ਕੰਮ, ਤੇਰੇ ਪਹਿਲੇ ਮੂੰਹ ਤੋਂ ਲੱਗਦਾ ਤੂੰ ਕੈਦ ਕੱਟ ਕੇ ਆਇਆ। ਭਾਈ ਨੇ ਜਿਸ ਤਰ੍ਹਾਂ ਪਿਛਲੇ ਵਾਲੇ ਨੂੰ ਛਿੱਤਰ ਪਵਾਏ ਸੀ, ਮੈਂ ਕਹਿੰਦੀ ਇਹਨੂੰ ਵੀ ਪਵਾ ਦਿਓ। ਲੈ ਛਿੱਤਰ ਤੇਰਾ ਫਰਜ਼ ਖੋ ਕੇ ਦੋੜਿਆ ਬਾਜੀ ਮੈਂ, ਵਾਹ ਵੀ ਵਾਹ, ਪੈਸੇ ਥਾਂ ਥਾਂ ਤੇ ਮੇਰੇ ਫੜੀ ਜਾਣੇ, ਥਾਂ ਥਾਂ ਤੇ ਬੱਚੇ ਛੱਡਣ ਜਾਣੇ, ਲਿਆ ਕੇ ਆਉਣੇ, ਉਹਨਾਂ ਦੇ ਯੂਨੀਫਾਰਮ ਟੰਗਣਾ, ਹੈਂਗਰਾਂ 'ਚ ਲਾਉਣਾ, ਇਸੇ 30,000 ਦੇ ਵਿੱਚ ਹੈਂਗਰਾਂ 'ਚ ਕੱਪੜੇ ਲਾਵਾਂ, ਕੱਪੜੇ ਧੋਵਾਂ, ਇਸਤਰੀ ਕਰਾਂ, ਥਾਂ ਥਾਂ ਤੇ ਤੁਸੀਂ ਮੈਨੂੰ ਘਰਾਂ ਦਾ ਮੈਨੂੰ ਕੰਮ ਦੇ ਦਿੱਤਾ, ਇਹ 30,000 ਦੇ ਵਿੱਚ ਤੁਸੀਂ ਮੈਨੂੰ ਸਾਰਾ ਕੁਝ ਖਰੀਦ ਲਿਆ ਮੇਰਾ। ਅੱਛਾ, ਪਤਾ ਹੁਣ ਬਾਕੀਆਂ ਦੇ ਕੋਲੋਂ ਨਾ ਇਹਦੇ ਸਾਹਮਣੇ ਪੈਸੇ ਨਹੀਂ ਫੜਨੇ, ਇਹਨਾਂ ਲੋਕਾਂ ਦੀ ਪੈ ਜਾਂਦੀ ਨਜ਼ਰ, ਫਿਰ ਡੇਲਾ ਪੈ ਜਾਂਦਾ ਵਿੱਚ, ਫਿਰ ਲਾ ਦੇਣੇ ਨਜ਼ਰ ਫਰਾਨਾ ਦੇ ਕੋਲੋਂ ਤੇ ਬੇਬੀ ਦੇ ਕੋਲੋਂ, ਉਹਨਾਂ ਕੋਲ ਜਿਹੜਾ 1 ਲੱਖ ਐਡਵਾਂਸ ਲੈਣਾ ਨਾ, ਉਹ ਤੂੰ ਉਹਨਾਂ ਕੇ ਸਾਡੇ ਬੈਂਕ 'ਚ ਪਾਣੇ, ਕਿਸੇ ਨੂੰ ਵਿਖਾਵੇ ਨਾ। ਅੱਛਾ, ਇਹ ਹਜੇ ਆਉਣਾ ਵਾ, 30 ਲੱਖ ਰੁਪਏ ਫੜਨੇ ਹਜੇ ਹੋਰ ਮੇਰੇ ਪੈਸੇ, ਆਪਿਆ ਕੰਮ ਤਾਂ ਜਾ, ਮੈਂ ਚੱਲਾਂ ਇੱਥੋਂ। ਮੈਂ ਥਾਣੇ ਫੋਨ ਕਰ ਦੇਣਾ, ਬਾਹਰ ਪੈਰ ਪਾਏਗਾ ਨਾ ਤੇ 6:00 ਸ਼ੁਰੂ ਹੋਣੇ। 6:00 ਐਵੇਂ ਵੱਜਣੇ ਜਦੋਂ ਮੈਂ ਕੀਤਾ ਹੀ ਕੁਛ ਨਹੀਂ? ਥੱਲੇ ਬੈਠ ਉੱਥੇ ਆਰਾਮ ਨਾਲ, ਥੱਲੇ ਬੈਠ, ਮੈਂ ਨਹੀਂ ਬਹਿਣਾ ਇਹਦੇ ਤੇ, ਐਡਾ ਕਿਹੜੇ ਤਰੀਕੇ ਨਾਲ ਬਣਾ ਕੇ ਤੁਸੀਂ ਮੇਰੇ ਪੈਸੇ ਥਾਂ ਥਾਂ ਦੇ ਬੁੜੇ ਨਾ ਮਾਰ, ਮੈਂ ਪੈਸੇ ਤਨਖਾਹ 'ਚੋਂ ਕੱਢ ਲਾਂਗਾ। ਮੈਂ ਕੰਮ ਕਰਨਾ ਹੀ ਨਹੀਂ ਤਨਖਾਹ 'ਚ, ਕਿੱਦਾਂ ਕੱਟਣੇ? ਤੇਰਾ ਪਿਓ ਵੀ ਕਰੇਗਾ, ਪਿਓ ਐਵੇਂ ਕਰੇਗਾ, ਤੇਰੀ ਰਿਕਾਰਡਿੰਗ ਹੋਈ ਸਾਡੇ ਕੋਲ, ਰਿਕਾਰਡਿੰਗ ਕੋਈ ਮੈਨੂੰ ਸਮਝ ਕੋਈ ਗੱਲ ਨਹੀਂ ਆਉਂਦੀ, ਤੈਨੂੰ ਛਿੱਤਰ ਮਰਵਾ ਦੇਣੇ ਮੈਂ। ਲੈ ਵਾਇਸ ਨਾ ਕੇ ਛਿੱਤਰ ਪਾਉਣੇ, ਮੈਂ ਕਾਂ ਹੀ ਵਟਾ ਦੇਣਾ ਵਾ, ਅਗਲੇ ਮੈਨੂੰ ਪੁੱਛਣ ਜੇ ਕਰਦਾ ਫਿਰਾਂਗਾ, ਕੀ ਸੁਣਾਓਗੇ ਤੁਸੀਂ ਅਗਲੇ ਨੂੰ ਮੇਰਾ? ਹੈ ਤੁਸੀਂ ਤਾਂ ਗਰੀਬ ਬੰਦਾ, ਫਿਰ ਉਹਦੇ ਨਾਲ ਜ਼ੁਲਮ ਕਰਨ ਡਏ ਹੋ, ਤੇ ਤੇਰੀ ਇਹ ਵੀ ਗੱਲ ਰਿਕਾਰਡ ਹੋ ਗਈ, ਤੂੰ ਕਾਂ ਵਟਾਏਗਾ? ਅੱਛਾ, ਸਾਰਾ ਕੋਈ ਰਿਕਾਰਡਿੰਗ ਤੇ ਲਾਇਆ? ਰਿਕਾਰਡਿੰਗ ਤੇ ਲਾਇਆ ਪੁੱਤਰ, ਉੱਥੇ 30,000 ਤੇ ਮੈਂ ਤੈਨੂੰ ਆਪਣੀ ਬੁੱਢੀ ਨਾਲ ਗੱਲ ਵੀ ਕਰਾਵਾਂ ਤੇਰੀ, ਹੈ ਵਾਹ ਵੀ ਤੇਰੇ ਸਦਕੇ ਜਾਵਾਂ। ਅੱਛਾ ਚਲੋ, ਆਰਾਮ ਨਾਲ ਬੈਠ, ਆਰਾਮ ਨਾਲ ਬੈਠ, ਬੈਠਾ ਮਾਨੋ ਤੇਰਾ, ਅਗਰ ਕੋਈ ਪੈਸਾ ਵੱਜ ਜਾਏ ਫਿਰ ਖੁਸ਼ ਹਾਂ? ਹਾਂ ਖੁਸ਼ ਹਾਂ ਫਿਰ ਮੈਂ।
ਤੁਹਾਡੀ ਮਿਹਰਬਾਨੀ ਮੈਂ ਕੰਮ ਕਰਨਾ ਹੀ ਨਹੀਂ ਹੈਗਾ ਮੈਂ ਚੱਲਾਂ ਵਾਪਸ ਉਹ ਤਾਂ ਕੰਮ ਤੇ ਕਰਨਾ ਪੈਣਾ ਕਿਉਂ ਕਰਨਾ ਕਿਉਂ ਪੈਣਾ ਵਾ ਔਰ ਮੈਂ ਤੈਨੂੰ ਇੱਕ ਗੱਲ ਦੱਸਾਂ ਤੈਨੂੰ 35,000 ਰੁਪਏ ਦੇਵਾਂਗੇ ਹੁਣ ਰੌਲਾ ਨਾ ਪਾ ਤੇ ਇੱਕ ਛੋਟਾ ਜਿਹਾ ਕੰਮ ਤੇਰਾ ਵਧਾ ਦਿੰਦਾ ਹਜੇ ਵਧਾਉਣਾ ਹਜੇ ਇੱਕ ਪਿੱਛੇ ਹੈਗਾ ਵਾ ਤੂੰ 2:30 ਵਜੇ ਨਹੀਂ ਸੌਂਏਗਾ ਤੂੰ 2:45 ਵਜੇ ਸੌਂਏਗਾ ਅੱਛਾ ਤੂੰ 15 ਮਿੰਟ ਨਾਲ ਸਾਡੇ ਘਰ ਕੁੱਤਾ ਹੈ ਨੇ ਅੱਛਾ ਗੇਟ ਦੇ ਕੋਲ ਬਹਿ ਕੇ ਨਾ ਚੋਰਾਂ ਨੂੰ ਧੋਖਾ ਦੇਣਾ ਪਿੱਛੇ ਬਹਿ ਕੇ ਹਲਕਾ ਨਾ ਕਰਨਾ ਵਾਓ ਵਾਓ ਤਾਂ ਕਿ ਚੋਰਾਂ ਨੂੰ ਪਤਾ ਲੱਗੇ ਇਹਨਾਂ ਦੇ ਘਰ ਕੁੱਤਾ ਹੈ ਮੈਂ ਕੰਮ ਕਰਨਾ ਹੀ ਨਹੀਂ ਭਾਈ ਜੋ ਸੁਣ ਤੇ ਸਹੀ ਨਹੀਂ ਨਹੀਂ ਛੱਡ ਕਰਦਾ ਹੀ ਨਹੀਂ ਆ ਕੋ ਕੰਮ ਆ ਤੁਹਾਡਾ ਕਰਾਉਣ ਵਾਲਾ ਯਾਰ ਤੇ ਸਹੀ ਉਹ ਬੈਠਾ ਹੀ ਨਹੀਂ ਮੈਂ ਇੱਥੇ ਉੱਥੇ ਬੈਠ ਇਹ ਕਿਹੜੀ ਗੱਲ ਹੋਈ ਉੱਥੇ ਬੈਠ ਆਵਾਜ਼ ਰਿਕਾਰਡ ਹੋ ਗਈ ਪੁੱਤਰ ਹੁਣ ਤੂੰ ਜਾ ਨਹੀਂ ਸਕਦਾ ਇੱਥੇ ਬੈਠ ਇੱਧਰ ਆ ਆ ਗਈ 1 2 3 4 ਫੜ ਨਾ 4 ਜੀ ਆ ਫੜ ਕੇ ਨੇ 6 ਮੈਨੂੰ ਰੱਖ ਦਿੱਤਾ ਵਾ ਮੈਂ ਫਿਰ ਥਾਣੇ ਫੋਨ ਕਰਦਾ ਥਾਣੇ ਤੁਸੀਂ ਬਣਾਵਾ ਪੈਸੇ ਪਏ ਤੁਹਾਡੇ ਕਿੱਥੇ ਮੈਂ ਚੱਲਾਂ ਵਾ ਇੱਥੋਂ ਇੱਥੇ ਬੈਠ ਕਿੱਥੇ ਕਿਉਂ ਬਾਬਾ ਮੈਂ ਹੈ ਤੁਸੀਂ ਮੇਰੇ ਨਾਲ ਜ਼ਿਆਦਤੀ ਕਰਨ ਰਹੇ ਹੋ ਕਿਹੜੀ ਜ਼ਿਆਦਤੀ ਕਰਨ ਆਹ ਜ਼ਿਆਦਤੀ ਆ ਵੀ ਸਾਰੀ ਗਲੀ ਦਾ ਕੰਮ ਮੈਨੂੰ ਦੱਸਦੇ ਆ ਆਹ 2 ਗਲੀਆਂ ਰਹਿ ਗਈਆਂ ਇਸ ਬਲਾਕ ਦੀਆਂ ਉਹ ਵੀ ਮੇਰੇ ਜ਼ਿੰਮੇ ਪਾ ਦਿਓ ਹੈ ਵੀਰਾ ਉਹ ਜਿਹੜੀ ਤੂੰ ਅੱਖ ਚੁੰਗਲ ਮਾਰਦੀ ਹੁੰਦੀ ਨਾ ਹਾਂਜੀ ਇਹਦੇ ਮਾਰ ਦੇ ਉਹ ਨਾ ਭੈਣ ਮੇਰੀ ਉਂਗਲ ਹੈ ਮੇਰੇ ਮਾਰਦੀ ਅੱਖ ਚੁੰਗਲ ਮਾਰ ਕੇ ਬੰਦੇ ਦਾ ਢੇਲਾ ਕੱਢ ਲੈਂਦੀ ਹੁਣ ਦੱਸ ਨਹੀਂ ਕਰਨਾ ਪੈਣਾ ਹੁਣ ਨਹੀਂ ਭਾਅ ਜੀ ਮੈਂ ਕੰਮ ਨਹੀਂ ਕਰਨਾ ਤੁਹਾਡੀ ਮਿਹਰਬਾਨੀ ਹੈ ਇੰਜ ਨਾ ਕਰੋ ਜਨਾਬ ਮੈਂ ਮਾੜਾ ਬੰਦਾ ਜਨਾਬ ਮਿਹਰਬਾਨੀ ਕਰੋ ਸਾਹਿਬ ਜੀ ਉਹ ਸਾਹਿਬ ਜੀ ਪਲੀਜ਼ ਤੁਹਾਡੀ ਮਿਹਰਬਾਨੀ ਹੈ ਯਾਰ ਜਾ ਪੁੱਤ ਤੂੰ ਉਂਝ ਠੀਕ ਨਹੀਂ ਹੋਣਾ ਤੁਹਾਡੇ ਤੁਸੀਂ ਕਾਤੋਂ ਬਾਹਰ ਹੋ ਜਾਂਦੇ ਹੋ ਸਾਹਿਬ ਜੀ 30,000 ਰੁਪਇਆ ਥੋੜਾ ਹੁੰਦਾ ਮਹੀਨੇ ਦਾ ਹੋਰ ਕੀ ਐਸ਼ ਕਰਨੀ ਸੀ ਐਸ਼ ਇੰਨੀ ਤੇਰੀ ਸੈਲਰੀ ਲੱਗ ਜਾਣੀ ਸੀ ਪਾਗਲਾ ਗੱਡੀ ਲੈ ਲੈਣੀ ਸੀ ਮੈਂ ਕਹਿੰਦੀ ਸੀ ਦੁਬਈ ਦਾ ਟੂਰ ਨਹੀਂ ਮੈਂ ਆਹੀ ਘਰ ਖਰੀਦ ਲੈਣਾ ਸੀ 30,000 ਉਸੇ ਚ ਬਾਜੀ ਵੀਰੇ ਐਸੇ ਕੋਈ ਸਾੜੀ ਬਣਾ ਜਾ ਹਲਾ ਆਪਣੀ ਗੁਰਬਤ ਦੂਰ ਕਰ ਤੂੰ ਤੈਨੂੰ 1,000 ਦਾ ਘਾਟਾ ਅੱਛਾ ਉਸੇ 30,000 ਚ ਗੁਰਬਤ ਵੀ ਜਾਣ ਰਹੀ ਮੇਰੀ ਸਾਰੀ ਹਾਂਜੀ ਅਸਲਾਮ ਵਾਲੇਕੁਮ ਮੁਹੰਮਦ ਭਾਈ ਕੀ ਹਾਲ ਠੀਕ ਠਾਕ ਉਹ ਭਾਈ ਤੁਹਾਡੀ ਮਿਹਰਬਾਨੀ ਮੁਹੰਮਦ ਭਾਈ ਮੈਂ ਤੁਹਾਨੂੰ ਨਾ ਆਡੀਓ 'ਚ ਭੇਜ ਰਿਹਾ ਇਹ ਮੁਲਾਜ਼ਮ ਨੇ ਨਾ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਤੇ ਸਾਡੇ ਕੋਲੋਂ 2 ਲੱਖ ਰੁਪਇਆ ਐਡਵਾਂਸ ਪਹਿਲੇ ਲੈ ਗਿਆ ਤੇ 1,00,000 ਅੱਜ ਲੈ ਗਿਆ 35,000 ਰੁਪਇਆ ਹੁਣ ਉਹਨੂੰ ਮੈਂ ਕੈਸ਼ ਦਿੱਤਾ ਤੇ ਉਹ ਸਾਡੇ ਤੋਂ ਸੁੱਟਣ ਦਿਆ ਕਹਿੰਦਾ ਮੈਂ ਇੱਥੇ ਕੰਮ ਨਹੀਂ ਕਰਨਾ ਠੀਕ ਹੈ ਠੀਕ ਹੈ ਨਹੀਂ ਲੱਤ ਨਹੀਂ ਵੱਢਣੀ ਬਸ ਵੈਸੇ ਚਪੇੜਾ ਚਪੜਾ ਮਾਰ ਦੇਣਾ ਭਾਈ ਥਾਣੇ ਫੋਨ ਕੀਤਾ ਜੀ ਗੱਬੜ ਨੂੰ ਫੋਨ ਕਰ ਦਿੱਤਾ ਤੁਸੀਂ ਗੱਬਰ ਆ ਜਿਹਨੇ ਤੁਹਾਡਾ ਟੱਬਰ ਵੀ ਚੱਕ ਲਿਆ ਨਾ ਪਲੀਜ਼ ਤੁਹਾਡੀ ਮਿਹਰਬਾਨੀ ਭਾਜੀ ਜਾਂਦੀ ਕਰੋ ਮਾੜਾ ਬੰਦਾ ਮੈਂ ਚਲੋ ਭੇਜੋ ਸਪਾਈ ਤੁਸੀਂ ਭੇਜੋ ਉਹ ਮੈਂ ਕੰਮ ਕਰਦਾ ਆ ਰਹੀ ਗੱਡੀ ਆ ਰਹੀ ਗੱਡੀ ਆ ਰਹੀ ਉਹ ਭਾਈ ਤੁਹਾਡੀ ਮਿਹਰਬਾਨੀ ਭਾਈ ਨਾ ਹਾਂ ਕੰਮ ਕਰਨਾ ਕਿ ਨਹੀਂ ਕਰਨਾ ਭਾਈ ਮੈਂ ਕਰਾਂਗਾ ਕੰਮ ਭਾਈ ਨੂੰ ਸਾਡੇ ਕਿਸੇ ਮਾਮਲੇ 'ਚ ਨਹੀਂ ਬੋਲਣਾ ਨਹੀਂ ਬੋਲਦਾ ਭਾਈ ਮੈਂ ਠੀਕ ਹੈ ਸਾਰੇ ਨਹੀਂ ਬੋਲਦਾ ਭਾਈ ਸਾਰੇ ਘਰਾਂ 'ਚ ਕੰਮ ਕਰਨਾ ਤੂੰ ਸਾਰੇ ਕਰਾਂਗਾ ਭਾਈ ਨੇ ਤੂੰ 35,000 ਤੇਰਾ ਮੇਰੇ ਕੋਲ ਮਾਨਤ ਦੇ ਤੌਰ ਤੇ ਪਿਆ ਪਹਿਲੇ ਕੰਮ ਸ਼ੁਰੂ ਕਰ ਮੇਰਾ ਪੁੱਤਰ ਉਹ ਵੀ ਲੱਖ ਤੁਹਾਡੇ ਕੋਲ ਦੇ ਵੀ 35,000 ਤੁਹਾਡੇ ਕੋਲ ਹਾਂ ਤੇ ਮੈਂ ਹਲੇ ਕੰਮ ਕਰਨਾ ਹਲੇ ਕੰਮ ਕਰਨਾ ਤੂੰ